ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਮੁਲਾਕਾਤ ਦੇ ਵਿੱਚ ਅੱਜ ਅਸੀਂ ਇੱਕ ਅਨੋਖੀ ਸ਼ਖਸੀਅਤ ਤੁਹਾਡੇ ਰੂਬਰੂ ਕਰਨ ਲੱਗੇ ਹਾਂ ਇੱਕ ਵਿਸ਼ੇਸ਼ ਕੰਮ ਕਰ ਰਹੇ ਨੇ ਇੱਦਾਂ ਦੇ ਕੰਮ ਨੂੰ ਬਹੁਤ ਹੀ ਘੱਟ ਲੋਕ ਹੱਥ ਪਾਉਂਦੇ ਨੇ ਇਹ ਕੰਮ ਉਦੋਂ ਸ਼ੁਰੂ ਹੋਇਆ ਜਦੋਂ ਅਸੀਂ ਵਿਸ਼ਵਾਸ ਵੀ ਨਹੀਂ ਕਰ ਸਕਦੇ ਕਿ ਉਸ ਟਾਈਮ ਇਹ ਸੋਚ ਰੱਖੀ ਜਾ ਸਕਦੀ ਹੈ ਕਿ ਇਸ ਤਰ੍ਹਾਂ ਦਾ ਕੰਮ ਕੀਤਾ ਜਾਵੇ ਪੰਜਾਬ ਦੇ ਵਿੱਚ ਜਦੋਂ ਕਿ ਟੈਕਨੋਲੋਜੀ ਇੰਨੀ ਵਧੀਆ ਤਰੱਕੀ ਨਹੀਂ ਕਰ ਸਕੀ ਸੀ ਹਜੇ ਸ਼ੁਰੂਆਤੀ ਦੌਰ ਸੀ ਤਾਂ ਅੱਜ ਤਾਂ ਟੈਕਨੋਲੋਜੀ ਵਧੀਆ ਤਰੱਕੀ ਕਰ ਚੁੱਕੀ ਹੈ ਇਸ ਕਰਕੇ ਕਾਫੀ ਹੈਲਪ ਮਿਲਦੀ ਹੈ ਟੈਕਨੋਲੋਜੀ ਦੀ ਪਰ ਉਸ ਵੇਲੇ ਔਕੜਾਂ ਬਹੁਤ ਸੀ ਮੁਸ਼ਕਲਾਂ ਬਹੁਤ ਸੀ ਇਹ ਕੰਮ ਕਰਨ ਦੇ ਵਿੱਚ ਪਰ ਸੰਨ 2003 ਦੇ ਵਿੱਚ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਆਪਣੇ ਬਲਬੂਤੇ 'ਤੇ ਆਪਣੇ ਮਿੱਤਰਾਂ ਦੇ ਸਹਿਯੋਗ ਦੇ ਨਾਲ ਕਿੱਥੇ ਤੱਕ ਪਹੁੰਚੇ ਨੇ ਦਵਿੰਦਰ ਪਾਲ ਸਿੰਘ ਜੀ ਜੋ ਕਿ ਕੋਫਾਊਂਡਰ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਹੀ ਜਾਣਦੇ ਹਾਂ ਦਵਿੰਦਰ ਜੀ ਵੈਲਕਮ ਟੂ ਦ ਸ਼ੋ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸੋ ਜਿੰਨਾ ਕੁ ਅਸੀਂ ਤੁਹਾਡੇ ਬਾਰੇ ਥੋੜ੍ਹਾ ਬਹੁਤ ਜਾਣ ਚੁੱਕੇ ਹਾਂ ਕਿਉਂਕਿ ਹੁਣ ਵਧੇਰੀ ਜਾਣਕਾਰੀ ਤਾਂ ਤੁਸੀਂ ਆਪ ਦਿਓਗੇ ਆਪਣੇ ਮੂੰਹੋਂ ਸਾਨੂੰ ਦੱਸੋਗੇ ਕਿ ਕਿੱਦਾਂ ਕਿੱਦਾਂ ਤੁਸੀਂ ਇਸ ਮੁਕਾਮ 'ਤੇ ਪਹੁੰਚੇ ਹੋ ਪਰ ਜਿੰਨੀ ਜਾਣਕਾਰੀ ਸਾਡੇ ਕੋਲ ਹੈ ਉਸ ਦੇ ਹਿਸਾਬ ਦੇ ਨਾਲ 2003 ਦੇ ਵਿੱਚ ਤੁਸੀਂ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਪੰਜਾਬ ਡਿਜੀਟਲ ਲਾਇਬ੍ਰੇਰੀ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਇਹ ਪੰਜਾਬ ਡਿਜੀਟਲ ਲਾਇਬ੍ਰੇਰੀ ਹੈ ਕੀ ਚੀਜ਼ ਪੰਜਾਬ ਡਿਜੀਟਲ ਲਾਇਬ੍ਰੇਰੀ 2003 ਤੋਂ ਪਹਿਲਾਂ ਅਸੀਂ ਵਿਉਂਤ ਬੰਨੀ ਉਹਦੀ ਕਿ ਇਹਦੀ ਲੋੜ ਹੈਗੀ ਹੈ ਜੀ ਸੋਚ ਇਹ ਲੈ ਕੇ ਤੁਰੇ ਕਿ ਪੰਜਾਬ ਦਾ ਜਿੰਨਾ ਵੀ ਖਜ਼ਾਨਾ ਹੈ ਜਿੰਨੀ ਵੀ ਨੌਲੇਜ ਹੈਗੀ ਹੈ ਪੰਜਾਬ ਦੀ ਉਹਨੂੰ ਕੰਪਿਊਟਰ ਦੇ ਵਿੱਚ ਲਿਆਂਦਾ ਜਾਏ ਜੀ ਕਿਉਂਕਿ ਇਹ ਸਾਨੂੰ ਸਮਝ ਆ ਰਹੀ ਸੀਗੀ ਕਿ ਆਉਣ ਵਾਲਾ ਦੌਰ ਜਿਹੜਾ ਹੈਗਾ ਉਹ ਕੰਪਿਊਟਰ ਦਾ ਦੌਰ ਹੈਗਾ ਸੋ ਸਾਰੀਆਂ ਪੜ੍ਹਾਈਆਂ ਲਿਖਾਈਆਂ ਕੰਪਿਊਟਰ 'ਚ ਹੋਣੀਆਂ ਪੰਜਾਬ ਬਾਰੇ ਉਹੀ ਪੜ੍ਹਾਈ ਕੀਤੀ ਜਾਏਗੀ ਜਿਹੜਾ ਮਟੀਰੀਅਲ ਕੰਪਿਊਟਰ ਦੇ ਵਿੱਚ ਅਵੇਲੇਬਲ ਹੋਏਗਾ ਹਾਂਜੀ ਸੋ ਉਹ ਇੱਕ ਨੌਲੇਜ ਦਾ ਸਫ਼ਰ ਹੁੰਦਾ ਹੈਗਾ ਜਿਹੜਾ ਕਿ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਪਹਿਲੇ ਦਿਮਾਗ ਵਿੱਚ ਸੀ ਸਾਰੀ ਨੌਲੇਜ ਦਿਮਾਗ ਤੋਂ ਉਤਰ ਕੇ ਕਿਤਾਬਾਂ ਵਿੱਚ ਆਈ ਹੱਥਾਂ ਨਾਲ ਲਿਖੀਆਂ ਗਈਆਂ ਕਿਤਾਬਾਂ ਫਿਰ ਛਾਪੇਖਾਨੇ ਵਿੱਚ ਗਈ ਛਾਪੇਖਾਨੇ ਤੋਂ ਹੁਣ ਅੱਗੇ ਸਾਰੀ ਨੌਲੇਜ ਕੰਪਿਊਟਰ ਦੇ ਵਿੱਚ ਹੋਣੀ ਜ਼ਰੂਰੀ ਹੈਗੀ ਹੈ ਜੀ ਸੋ ਪੰਜਾਬ ਡਿਜੀਟਲ ਲਾਇਬ੍ਰੇਰੀ ਦਾ ਇਹੀ ਮਿਸ਼ਨ ਹੈ ਕਿ ਪੰਜਾਬ ਨਾਲ ਸੰਬੰਧਿਤ ਸਾਰੀ ਨੌਲੇਜ ਜਿੱਥੇ ਕਿਤੇ ਵੀ ਪਈ ਹੈ ਉਹਨੂੰ ਲੱਭ ਕੇ ਅਤੇ ਕੰਪਿਊਟਰ ਦੇ ਵਿੱਚ ਲਿਆਂਦਾ ਜਾਏ ਹੂਬ ਹੂ ਜਿਵੇਂ ਉਹ ਅਸਲ 'ਚ ਦਿਖਦੀ ਸੀ ਉਸੇ ਤਰ੍ਹਾਂ ਹੀ ਅਸੀਂ ਆਪਣਾ ਪਿਛੋਕੜ ਜਾਣਦੇ ਹਾਂ ਜੋ ਮਾਨਵ ਇਤਿਹਾਸ ਹੈ ਕਿ ਪਹਿਲਾਂ ਇਹ ਸਾਰੀ ਜਾਣਕਾਰੀ ਯਾਦ ਰੱਖੀ ਜਾਂਦੀ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜ਼ੁਬਾਨੀ ਯਾਦ ਰੱਖਣਾ ਜਾਂ ਕੰਠ ਕਰਨਾ ਅੱਜ ਵੀ ਇਹ ਪ੍ਰਥਾ ਚੱਲਦੀ ਹੈ ਕਿ ਬਹੁਤੇਰਿਆਂ ਨੂੰ ਬਹੁਤੇਰੀਆਂ ਪਵਿੱਤਰ ਕਿਤਾਬਾਂ ਬਾਣੀ ਕੰਠ ਹੈ ਤਾਂ ਅਸੀਂ ਇਸ ਗੱਲ ਨੂੰ ਵੀ ਫਕਰ ਮਹਿਸੂਸ ਕਰਦੇ ਹਾਂ ਕਿ ਇੰਨੀ ਯਾਦਾਸ਼ਤ ਔਰ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਸਭ ਨੂੰ ਯਾਦ ਰਹਿੰਦੀਆਂ ਨੇ ਇਹ ਸਾਰੀਆਂ ਗੱਲਾਂ ਪਰ ਪੁਰਾਣੇ ਸਮੇਂ ਦੇ ਵਿੱਚ ਜੋ ਇਹ ਕੰਠ ਕੀਤਾ ਜਾਂਦਾ ਸੀ ਯਾਦ ਕੀਤਾ ਜਾਂਦਾ ਸੀ ਉਸ ਨੂੰ ਫਿਰ ਲਿਪੀ ਜਦੋਂ ਆਈ ਹੈ ਹੋਣ ਦੇ ਵਿੱਚ ਕਿਤਾਬਾਂ ਦੇ ਵਿੱਚ ਕਾਗਜ਼ਾਂ ਦੇ ਉੱਤੇ ਤਾਂ ਪਹਿਲਾਂ ਤਾਂ ਪੱਤਿਆਂ ਦੇ ਉੱਤੇ ਲਿਖਿਆ ਜਾਂਦਾ ਸੀ ਤਾਂ ਇਹ ਸਾਰਾ ਕੁਝ ਸਾਂਭ ਕੇ ਰੱਖਿਆ ਜਾਂਦਾ ਸੀ ਫਿਰ ਕਾਗਜ਼ ਦਾ ਅਵਿਸ਼ਕਾਰ ਹੋਇਆ ਚੀਨ ਦੀ ਧਰਤੀ ਦੇ ਉੱਤੇ ਉਸ ਤੋਂ ਬਾਅਦ ਕਾਗਜ਼ 'ਤੇ ਲਿਖਿਆ ਜਾਣ ਲੱਗਾ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਕਿ ਮਾਨਵ ਜਾਤੀ ਦਾ ਜੋ ਸਭ ਤੋਂ ਵੱਡਾ ਅਵਿਸ਼ਕਾਰ ਹੈ ਉਹ ਹੈ ਕਿ ਪ੍ਰਿੰਟਿੰਗ ਇੱਕ ਕਿਤਾਬ ਦੀਆਂ ਕਈ ਕਾਪੀਆਂ ਬਣ ਜਾਣੀਆਂ ਤਾਂ ਪੂਰਾ ਗਿਆਨ ਸਾਰੀ ਦੁਨੀਆ 'ਚ ਪਹੁੰਚਿਆ ਜਿੱਥੇ ਜਿੱਥੇ ਵੀ ਕੋਈ ਕਿਤਾਬ ਲਿਖੀ ਗਈ ਇੱਕ ਬੰਦੇ ਨੇ ਹੱਥ ਨਾਲ ਲਿਖੀ ਪਰ ਉਹਦੀਆਂ ਕਾਪੀਆਂ ਅੱਗੇ ਛਪਣੀਆਂ ਸ਼ੁਰੂ ਹੋ ਗਈਆਂ ਫਿਰ ਉਸ ਤੋਂ ਬਾਅਦ ਜਦੋਂ ਕੈਮਰਾ ਆਇਆ ਤਾਂ ਫਿਰ ਤੋਂ ਹੋਰ ਜ਼ਿਆਦਾ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਜਿੱਥੇ ਕਿਤੇ ਵੀ ਖਾਸ ਚੀਜ਼ਾਂ ਹੁੰਦੀਆਂ ਉਹਦੀ ਬਕਾਇਦਾ ਰਿਕਾਰਡਿੰਗ ਹੁੰਦੀ ਸ਼ੂਟਿੰਗ ਹੁੰਦੀ ਤਾਂ ਉਹ ਗਿਆਨ ਵੀ ਥਾਂ ਥਾਂ 'ਤੇ ਫੈਲਣ ਲੱਗਾ ਸਭ ਥਾਂ ਦੇ ਉੱਤੇ ਇੱਕ ਐਜੂਕੇਸ਼ਨ ਦਾ ਇੱਕ ਰੈਵੋਲੂਸ਼ਨ ਆ ਗਿਆ ਸੋ ਅਸੀਂ ਇਹ ਸਾਰੇ ਜਾਣਦੇ ਹਾਂ ਪਰ ਇਹ ਡਿਜੀਟਲ ਇੱਕ ਨਵੀਂ ਟੈਕਨੋਲੋਜੀ ਹੈ ਸੋ ਅਸੀਂ ਇਹ ਸਭ ਜਾਣਨਾ ਚਾਹੁੰਦੇ ਹਾਂ ਕਿ ਸਾਡੇ ਕੋਲ ਕਿਤਾਬਾਂ ਮੌਜੂਦ ਨੇ ਸਾਡੇ ਕੋਲ ਫਿਲਮਾਂ ਦੇ ਵਿੱਚ ਡਾਕੂਮੈਂਟਸ ਮੌਜੂਦ ਨੇ ਡਾਕੂਮੈਂਟਰੀਜ਼ ਮੌਜੂਦ ਨੇ ਸਾਰਾ ਗਿਆਨ ਖਜ਼ਾਨਾ ਫਿਲਮਾਂ ਦੇ ਵਿੱਚ ਵੀ ਹੈ ਕਿਤਾਬਾਂ ਦੇ ਵਿੱਚ ਵੀ ਹੈ ਔਰ ਅਸੀਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਾਂ ਵੱਡੀਆਂ ਵੱਡੀਆਂ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ ਜਾਂਦੇ ਹਾਂ ਉੱਥੇ ਬੁੱਕਸ ਇਸ਼ੂ ਕਰਵਾਉਂਦੇ ਹਾਂ ਔਰ ਸਾਨੂੰ ਮਜ਼ਾ ਆਉਂਦਾ ਕਿਤਾਬਾਂ ਪੜ੍ਹ ਕੇ ਫਿਰ ਡਿਜੀਟਲ ਬਣਾਉਣ ਦੀ ਕੀ ਲੋੜ ਪੈ ਗਈ ਇੱਕ ਤਾਂ ਨੌਲੇਜ ਨੂੰ ਸਾਂਭਣ ਦਾ ਜਿਹੜਾ ਤਰੀਕਾ ਹੈਗਾ ਉਹ ਬਦਲ ਗਿਆ ਜੀ ਪਹਿਲੇ ਨੌਲੇਜ ਕਾਗਜ਼ ਦੇ ਉੱਪਰ ਸਾਂਭੀ ਜਾ ਰਹੀ ਸੀ ਪਿਛਲੇ 2-2.5 ਹਜ਼ਾਰ ਸਾਲ ਤੋਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਉਹ ਡਿਜੀਟਲ ਫਾਰਮੈਟ ਦੇ ਵਿੱਚ ਸਾਂਭੀ ਜਾਣੀ ਹੈਗੀ ਹੈ ਸੋ ਇੱਕ ਤਾਂ ਇਹ ਰੀਜ਼ਨ ਹੈਗਾ ਮੇਜਰ ਵੱਡਾ ਰੀਜ਼ਨ ਇਹ ਹੈਗਾ ਇਹ ਉਵੇਂ ਹੈ ਰੀਜ਼ਨ ਜਿਵੇਂ ਅਸੀਂ ਇੱਕ ਦਰਖਤ ਲਗਾਉਂਦੇ ਹੈਗੇ ਹਾਂ ਹੁਣ ਦਰਖਤ ਦਾ ਕਾਰਨ ਤਾਂ ਬੜੇ ਸਾਰੇ ਹੈਗੇ ਆ ਦਰਖਤ ਲਗਾਉਣ ਦੇ ਪਰ ਉਹਦਾ ਇੱਕ ਵੱਡਾ ਰੀਜ਼ਨ ਹੈਗਾ ਕਿ ਸਾਨੂੰ ਆਕਸੀਜਨ ਮਿਲੇਗੀ ਪਰ ਸਾਨੂੰ ਉਸ ਤੋਂ ਫਰੂਟ ਵੀ ਮਿਲਦਾ ਹੈਗਾ ਸੋ ਉਵੇਂ ਹੀ ਜਦੋਂ ਅਸੀਂ ਨੌਲੇਜ ਨੂੰ ਪੇਪਰ ਤੋਂ ਡਿਜੀਟਲ ਫਾਰਮੈਟ ਦੇ ਵਿੱਚ ਲਿਆਏ
ਤਾਂ ਵੱਡਾ ਰੀਜ਼ਨ ਤਾਂ ਇਹ ਹੈ ਕਿ ਲਿਆਉਣਾ ਜ਼ਰੂਰੀ ਸੀਗਾ ਉਹ, ਨਹੀਂ ਤਾਂ ਨੌਲੇਜ ਸਾਡੇ ਕੋਲੋਂ ਖੁੱਸ ਜਾਣੀ ਸੀ, ਗੁਆਚ ਜਾਣੀ ਸੀਗੀ ਉਹ ਜੀ। ਜਿਹੜੇ ਉਹਦੇ ਫਰੂਟਸ ਹੈਗੇ ਆ ਉਹ ਹੈਗੇ ਆ ਕਿ ਜਿਸ ਚੋਂ ਬੜੇ ਸਾਰੇ ਫਰੂਟਸ ਹੈ, ਜਿਸ ਚੋਂ ਇੱਕ ਫਰੂਟ ਹੈਗਾ ਕਿ ਉਹਦੀ ਈਜ਼ੀ ਅਵੇਲੇਬਿਲਿਟੀ ਹੋ ਗਈ, ਸੌਖਾ ਐਕਸੈਸ ਹੋ ਗਿਆ ਸਾਰਿਆਂ ਨੂੰ, ਕੋਈ ਭਾਵੇਂ ਕਿਤਾਬ ਇੱਕੋ ਹੈਗੀ ਹੈ ਜਿਹੜੀ ਇੱਕੋ ਹੀ ਬਚੀ ਹੈ ਅਤੇ ਉਹਨੂੰ ਲੱਖਾਂ ਲੋਕ ਇੱਕੋ ਸਮੇਂ 'ਤੇ ਬੈਠ ਕੇ ਪੂਰੀ ਦੁਨੀਆ ਦੇ ਵਿੱਚ ਦੇਖ ਸਕਦੇ ਹੈ, ਪੜ੍ਹ ਸਕਦੇ ਹੈ, ਜਦੋਂ ਚਾਹਣ ਉਦੋਂ ਪੜ੍ਹ ਸਕਦੇ ਹੈ, ਜਿਸ ਵੇਲੇ ਉਹਨਾਂ ਦਾ ਦਿਲ ਕਰ ਰਿਹਾ, ਕੋਈ 9 to 5 ਲਾਇਬ੍ਰੇਰੀ ਖੁੱਲ੍ਹੇਗੀ ਅਤੇ ਬੰਦ ਹੋਏਗੀ ਉਹਦੀ ਪਾਬੰਦੀ ਨਹੀਂ ਹੈਗੀ, ਹੈ ਨਾ। ਫਿਰ ਡਾਕੂਮੈਂਟ ਦੇ ਕੰਟੈਂਟ ਦੇ ਵਿੱਚ ਕੋਈ ਸਰਚ ਕਰਨੀ ਹੈਗੀ ਹੈ ਉਹ ਆਸਾਨ ਹੋ ਗਿਆ। ਸੋ ਇੱਦਾਂ ਡੈਮੋਕ੍ਰੇਟਾਈਜੇਸ਼ਨ ਹੋ ਗਈ ਨੌਲੇਜ ਦੀ। ਪਹਿਲਾਂ ਕੀ ਹੁੰਦਾ ਸੀਗਾ ਕਿ ਕਿਸੇ ਦੀ ਪਹੁੰਚ, ਕੋਈ ਖਾਸ ਜੇ ਕੋਈ ਮੈਨੂਸਕ੍ਰਿਪਟ ਕਿਸੇ ਨੇ ਦੇਖਣੀ ਹੈ ਤੇ ਕੋਈ ਅਸਰ ਰਸੂਖ ਵਾਲਾ ਬੰਦਾ ਹੀ ਦੇਖ ਸਕਦਾ ਸੀਗਾ। ਲਾਇਬ੍ਰੇਰੀਅਨ ਨੂੰ ਫੋਨ ਹੋ ਗਿਆ, ਕਿਸੇ ਨੇ ਕਰਵਾ ਦਿੱਤਾ, ਕਿਸੇ ਨੇ ਕਰਵਾ ਲਿਆ, ਕਿਸੇ ਦੀ ਅਪਰੋਚ ਹੈਗੀ ਹੈ ਤੇ ਉਹਨੂੰ ਉਸ ਹੱਥ ਲਿਖਤ ਦਾ ਐਕਸੈਸ ਮਿਲ ਜਾਂਦਾ ਸੀ, ਹਰ ਇੱਕ ਬੰਦੇ ਨੂੰ ਨਹੀਂ ਮਿਲਦਾ ਸੀਗਾ ਉਹ। ਹੁਣ ਜਦੋਂ ਡਿਜੀਟਾਈਜ਼ ਹੋ ਗਿਆ ਤੇ ਕੋਈ ਵੀ ਬੰਦਾ ਕਿਤੇ ਵੀ ਬੈਠ ਕੇ ਬਿਨਾਂ ਕਿਸੇ ਸਿਫਾਰਿਸ਼ ਤੋਂ ਉਹਨੂੰ ਦੇਖ ਸਕਦਾ ਹੈਗਾ। ਸੋ ਇਹ ਇਸ ਤਰ੍ਹਾਂ ਦੇ ਬੜੇ ਸਾਰੇ ਫਰੂਟਸ ਹੈਗੇ ਆ ਜਿਹੜੇ ਸਾਨੂੰ ਡਿਜੀਟਾਈਜੇਸ਼ਨ ਦਿੰਦੀ ਹੈ ਜੀ। ਇੱਕ ਤਾਂ ਤੁਸੀਂ ਦੱਸਿਆ ਕਿ ਲਾਇਬ੍ਰੇਰੀ ਜਿਹੜੀ ਹੁੰਦੀ ਆ ਜਿਹਦੇ 'ਚ ਕਿਤਾਬਾਂ ਸਾਨੂੰ ਇਸ਼ੂ ਹੁੰਦੀਆਂ ਨੇ, ਕਿਤਾਬਾਂ ਜਾ ਕੇ ਅਸੀਂ ਲੈ ਸਕਦੇ ਹਾਂ, ਉਹਦਾ ਟਾਈਮ ਹੁੰਦਾ ਕਿ ਮੰਨ ਲਓ ਸਵੇਰੇ 9 to 5 ਤੱਕ, ਉਸ ਤੋਂ ਬਾਅਦ ਲਾਇਬ੍ਰੇਰੀ ਬੰਦ ਹੋ ਜਾਏਗੀ। ਦੂਜੀ ਗੱਲ ਕਿ ਟਾਈਮ ਦੀ ਪਾਬੰਦੀ ਨਹੀਂ ਹੋਏਗੀ ਜਦੋਂ ਅਸੀਂ ਡਿਜੀਟਲ ਲਾਇਬ੍ਰੇਰੀ ਦੇ ਵਿੱਚ ਅਸੀਂ ਕਿਸੇ ਵਕਤ ਵੀ ਆਪਣੇ ਕੰਪਿਊਟਰ 'ਤੇ, ਆਪਣੇ ਮੋਬਾਈਲ 'ਤੇ, ਆਈਪੈਡ 'ਤੇ ਉਹਨੂੰ ਖੋਲ੍ਹ ਕੇ ਦੇਖ ਸਕਦੇ ਹਾਂ, ਜੋ ਵੀ ਨੌਲੇਜ ਸਾਨੂੰ ਚਾਹੀਦੀ, ਜੋ ਵੀ ਕਿਤਾਬ ਸਾਨੂੰ ਚਾਹੀਦੀ। ਦੂਜੀ ਗੱਲ ਇਹ ਹੈ ਕਿ ਜਦੋਂ ਲਾਇਬ੍ਰੇਰੀ ਦਾ ਟਾਈਮ ਫਿਕਸ ਹੈ 9 to 5 ਅਤੇ ਉੱਥੇ ਕਿਤਾਬਾਂ ਜਿਹੜੀਆਂ ਨੇ, ਮੰਨ ਲਓ ਇੱਕ ਕੋਈ ਖਾਸ ਕਿਤਾਬ ਹੈ ਉਹਦੀਆਂ 2 or 4 ਕਾਪੀਆਂ ਹੋਣਗੀਆਂ, ਅਤੇ ਜੇ ਉਹ ਸਾਰੀਆਂ 2-4 ਕਾਪੀਆਂ ਕਿਸੇ ਨੇ ਇਸ਼ੂ ਕਰਵਾਈਆਂ ਹੋਈਆਂ ਤਾਂ ਦੂਜਾ ਬੰਦਾ ਉਹਨਾਂ ਨੂੰ ਪੜ੍ਹਨਾ ਚਾਹੁੰਦਾ ਅਤੇ ਉਦੋਂ ਤੱਕ ਵੇਟ ਕਰਨੀ ਪਏਗੀ ਜਦੋਂ ਤੱਕ ਉਹ ਕਿਤਾਬ ਵਾਪਸ ਨਹੀਂ ਕਰ ਦਿੰਦਾ। ਪਰ ਡਿਜੀਟਲ ਲਾਇਬ੍ਰੇਰੀ ਦੇ ਉੱਤੇ ਇੱਕ ਟਾਈਮ ਦੇ ਉੱਤੇ ਹਜ਼ਾਰਾਂ ਲੋਕ ਉਸੇ ਕਿਤਾਬ ਨੂੰ ਪੜ੍ਹ ਸਕਦੇ ਨੇ ਕਿਉਂਕਿ ਸਭ ਦੇ ਕੋਲ ਐਕਸੈਸ ਆ। ਤੀਸਰੀ ਗੱਲ ਕਿ ਜੇ ਕੋਈ ਰੇਅਰ ਕਿਤਾਬ ਹੁੰਦੀ ਸੀ ਜਾਂ ਕੋਈ ਮੈਨੂਸਕ੍ਰਿਪਟ ਹੁੰਦੀ ਸੀ, ਕੋਈ ਪੁਰਾਤਨ ਲਿਖਤ ਹੱਥ ਲਿਖਤ ਪੁਸਤਕ ਹੁੰਦੀ ਸੀ, ਉਹ ਹਰੇਕ ਬੰਦਾ ਨਹੀਂ ਪੜ੍ਹ ਸਕਦਾ ਸੀ, ਜਿਹਦੀ ਪਹੁੰਚ ਹੁੰਦੀ ਸੀ, ਜਿਹਨੂੰ ਇਜਾਜ਼ਤ ਮਿਲਦੀ ਸੀ ਸਰਕਾਰ ਵੱਲੋਂ ਜਾਂ ਲਾਇਬ੍ਰੇਰੀ ਵੱਲੋਂ, ਉਹੀ ਜਾ ਕੇ ਪੜ੍ਹ ਸਕਦਾ ਸੀ। ਪਰ ਤੁਸੀਂ ਉਸ ਕਿਤਾਬ ਨੂੰ ਡਿਜੀਟਲੀ ਬਣਾ ਕੇ ਆਪਣੀ ਲਾਇਬ੍ਰੇਰੀ ਦੇ ਵਿੱਚ ਪਾ ਦਿੱਤਾ, ਅਤੇ ਇਸ ਕਰਕੇ ਹਰ ਬੰਦਾ ਉਸ ਹੱਥ ਲਿਖਤ ਪੁਸਤਕ ਨੂੰ, ਉਸ ਮੈਨੂਸਕ੍ਰਿਪਟ ਨੂੰ ਪੜ੍ਹ ਸਕਦਾ, ਸਭ ਦੀ ਉਹਦੇ ਤੱਕ ਐਕਸੈਸ ਹੋ ਗਈ, ਸਭ ਦੀ ਉਹਦੇ ਤੱਕ ਪਹੁੰਚ ਹੋ ਗਈ, ਕਿਸੇ ਸਿਫਾਰਿਸ਼ ਦੀ ਲੋੜ ਨਹੀਂ, ਇਹ ਫਾਇਦਾ ਹੋ ਗਿਆ। ਸੋ ਇਹਦਾ ਮਤਲਬ ਹੈ ਕਿ ਇੱਕ ਕਿਤਾਬ ਉਹਦਾ ਬਹੁਤ ਵਿਸਥਾਰ ਹੋਇਆ, ਪੂਰੀ ਦੁਨੀਆ ਦੇ ਵਿੱਚ ਅਸੀਂ ਕਿਤੇ ਵੀ ਬਹਿ ਕੇ ਉਹਨੂੰ ਦੇਖ ਸਕਦੇ ਹਾਂ, ਉਹਨੂੰ ਪੜ੍ਹ ਸਕਦੇ ਹਾਂ। ਫਿਰ ਵੀ ਇੱਕ ਮਜ਼ਾ ਜੋ ਕਿਤਾਬਾਂ ਨਾਲ ਸਾਨੂੰ ਦੋਸਤੀ ਕਰਕੇ ਆਉਂਦਾ ਕਿ ਅਸੀਂ ਪੇਜ ਫੋਲਦੇ ਹਾਂ, ਪੇਜਾਂ ਦੀ ਖੁਸ਼ਬੂ ਸਾਡੇ ਉੱਤੇ, ਸਾਡੇ ਮਨ ਨੂੰ ਚੰਗੀ ਲੱਗਦੀ ਆ, ਔਰ ਕਈ ਵਾਰ ਲੇਟ ਕੇ ਪੜ੍ਹਦੇ ਹਾਂ, ਬੈਠ ਕੇ ਪੜ੍ਹਦੇ ਹਾਂ, ਕਈ ਵਾਰ ਇੱਦਾਂ ਟੇਢੇ ਹੋ ਕੇ ਸਿਰਹਾਣਾ ਰੱਖ ਕੇ ਇੱਦਾਂ ਪੜ੍ਹਦੇ ਹਾਂ, ਔਰ ਕਈ ਵਾਰ ਪੜ੍ਹਦੇ ਪੜ੍ਹਦੇ ਸੌਂ ਜਾਂਦੇ ਹਾਂ, ਕਿਤਾਬ ਸਾਡੀ ਛਾਤੀ 'ਤੇ ਪਈ ਹੁੰਦੀ ਔਰ ਉਸ ਤਰ੍ਹਾਂ ਵੀ ਬੜੇ ਸਕੂਨ ਨਾਲ ਨੀਂਦ ਆਉਂਦੀ ਹੈ। ਉਹ ਜਿਹੜੀ ਕਿਤਾਬਾਂ ਨਾਲ ਦੋਸਤੀ ਹੈ ਸਾਡੀ ਪ੍ਰੈਕਟੀਕਲੀ, ਉਹ ਕਿਤੇ ਖੁਸ਼ ਤਾਂ ਨਹੀਂ ਜਾਣੀ ਕਿ ਸਭ ਕੁਝ ਡਿਜੀਟਲ ਹੋ ਗਿਆ? ਦੇਖੋ ਜਿਹੜੀ ਜੇ ਅਸੀਂ ਪਿੱਛੇ ਨਜ਼ਰ ਮਾਰੀਏ ਤਾਂ ਸਾਨੂੰ ਉੱਥੋਂ ਦੀ ਕੁਝ ਸਮਝ ਸ਼ਾਇਦ ਆ ਸਕੇ ਜੀ। ਪਹਿਲਾਂ ਇਨਸਾਨ, ਅੱਜ ਤੋਂ 2-2.5 ਹਜ਼ਾਰ ਸਾਲ ਪਹਿਲੇ ਇਨਸਾਨ ਸਾਰਾ ਕੁਝ ਯਾਦ ਰੱਖਦਾ ਸੀ। ਹਾਂਜੀ, ਅਸੀਂ ਪਹਿਲੇ ਗੱਲ ਕਰ ਚੁੱਕੇ ਹਾਂ, ਮੈਂ ਹੁਣ ਕਿਸੇ ਹੋਰ ਕੰਟੈਕਸਟ ਵਿੱਚ ਇਹ ਗੱਲ ਕਰ ਰਿਹਾ। ਸ਼ਿਓਰ, ਉਦੋਂ ਬਹੁਤ ਪੂਰੀ ਦੁਨੀਆ ਵਿੱਚ ਉਹੀ ਸਿਸਟਮ ਸੀਗਾ ਚੀਜ਼ਾਂ ਨੂੰ ਯਾਦ ਰੱਖਣ ਦਾ, ਪੂਰਾ ਪੂਰਾ ਗ੍ਰੰਥ, ਪੂਰੀ ਪੂਰੀ ਕਿਤਾਬ ਯਾਦ ਰੱਖੀ ਜਾਂਦੀ ਸੀਗੀ। ਮੈਮੋਰਾਈਜ਼ ਕਰਵਾਉਣ ਦੇ ਸਕੂਲਸ ਓਪਰੇਟ ਹੁੰਦੇ ਸੀਗੇ ਜਿਹਦੇ ਵਿੱਚ ਟੀਚਰ ਸਟੂਡੈਂਟ ਨੂੰ ਯਾਦ ਕਰਵਾਉਂਦਾ ਸੀ ਕਿਤਾਬ। ਹਾਂਜੀ, ਸੋ ਉਹ ਸਟੂਡੈਂਟ ਚੋਂ ਫਿਰ ਅੱਗੇ ਟੀਚਰ ਬਣਦੇ ਸੀਗੇ ਤੇ ਉਹ ਅੱਗੇ ਸਟੂਡੈਂਟਸ ਨੂੰ ਯਾਦ ਕਰਵਾਉਂਦੇ ਸੀਗੇ। ਸੋ ਇੱਕੋ ਸਿਸਟਮ ਚੱਲਦਾ ਸੀ। ਜਦੋਂ ਇਨਸਾਨ ਨੇ ਲਿਖਣਾ ਸ਼ੁਰੂ ਕਰ ਦਿੱਤਾ ਤਾਂ ਉਹ ਸਿਸਟਮ ਹੌਲੀ ਹੌਲੀ ਬੰਦ ਹੋ ਗਿਆ। ਫਿਰ ਨਵੇਂ ਸਕੂਲ ਆ ਗਏ ਜਿਹੜੇ ਸਕ੍ਰਾਈਬ, ਨਵੀਂ ਇੰਡਸਟਰੀ ਪੈਦਾ ਹੋਈ, ਸਕ੍ਰਾਈਬ ਇੰਡਸਟਰੀ, ਪੇਪਰ ਇੰਡਸਟਰੀ, ਪੈਨ ਇੰਡਸਟਰੀ, ਇੰਕ ਇੰਡਸਟਰੀ। ਸੋ ਉਹਨਾਂ ਨੇ ਬਹੁਤ ਸਕ੍ਰਾਈਬ ਪੈਦਾ ਕੀਤੇ ਜਿਹੜੇ ਲਿਖਦੇ ਸੀਗੇ ਹੱਥ ਨਾਲ। ਉਸ ਤੋਂ ਅੱਗੇ ਚੱਲੀਏ, ਜਦੋਂ ਸਕ੍ਰਾਈਬ ਇੰਡਸਟਰੀ ਆਈ ਤਾਂ ਜਿਹੜੇ ਮੈਮੋਰਾਈਜ਼ ਕਰਵਾਉਣ ਵਾਲੇ ਸਕੂਲ ਸੀਗੇ ਉਹ ਬੰਦ ਹੋ ਗਏ ਸਾਰੇ ਜੀ। ਸਕ੍ਰਾਈਬ ਇੰਡਸਟਰੀ ਤੋਂ ਬਾਅਦ ਪ੍ਰਿੰਟਿੰਗ ਪ੍ਰੈਸ ਆ ਗਈ। ਹਾਂਜੀ, ਉਦੋਂ ਹੁਣ ਸਾਨੂੰ ਲਿਖਾਰੀਆਂ ਦੀ ਲੋੜ ਵੀ ਨਹੀਂ ਸੀਗੀ ਜਿਹੜੇ ਹੱਥ ਨਾਲ ਲਿਖਦੇ ਸੀ ਸਾਰਾ ਗ੍ਰੰਥ। ਹਾਂਜੀ, ਅਸੀਂ ਪ੍ਰਿੰਟਿੰਗ ਪ੍ਰੈਸ 'ਚ ਛਾਪ ਲੈਂਦੇ ਸੀਗੇ ਤੇ ਬੜੀਆਂ ਸਾਰੀਆਂ ਕਾਪੀਜ਼ ਇੱਕੋ ਦਿਨ 'ਚ ਛਾਪ ਲੈਂਦੇ ਸੀਗੇ। ਲਿਖਾਰੀ ਤੇ ਕਈ ਸਾਲਾਂ ਦੇ ਵਿੱਚ ਇੱਕ ਗ੍ਰੰਥ ਪੂਰਾ ਕਰਦਾ ਸੀ।
ਬਿਲਕੁਲ ਸੋ ਜਦੋਂ ਪ੍ਰਿੰਟਿੰਗ ਪ੍ਰੈਸ ਆ ਗਈ ਤਾਂ ਉਹ ਸਾਰੀ ਸਕ੍ਰਾਈਬ ਇੰਡਸਟਰੀ ਵੀ ਖਤਮ ਹੋ ਗਈ ਬਿਲਕੁਲ ਸਹੀ ਸੋ ਹੁਣ ਜੇ ਅਸੀਂ ਇਹਨੂੰ ਕੋਈ ਪੈਮਾਨਾ ਰੱਖ ਕੇ ਅੱਗੇ ਦੇਖੀਏ ਤਾਂ ਇਨ ਆਲ ਪੋਸੀਬਿਲਿਟੀ ਜਿਹੜੀ ਬੁੱਕ ਪ੍ਰਿੰਟਿੰਗ ਇੰਡਸਟਰੀ ਹੈਗੀ ਹੈ ਉਹ ਅਗਲੇ 100 ਸਾਲਾਂ ਦੇ ਵਿੱਚ ਖਤਮ ਹੋ ਸਕਦੀ ਹੈ ਉਹਦੇ ਵਿੱਚ ਕੋਈ ਅਣਹੋਣੀ ਗੱਲ ਨਹੀਂ ਹੋਏਗੀ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਉਵੇਂ ਹੀ ਟ੍ਰੇਨ ਕਰਦੇ ਹੈਗੇ ਹਾਂ ਅੱਜ ਤੁਹਾਨੂੰ ਅੱਜ ਦੀ ਡੇਟ ਵਿੱਚ ਵੀ ਸਾਰੀਆਂ ਬੱਚਿਆਂ ਦੀਆਂ ਕੋਰਸ ਬੁੱਕਸ ਜਿਹੜੀਆਂ ਹੈਗੀਆਂ ਆਨਲਾਈਨ ਅਵੇਲੇਬਲ ਹੈਗੀਆਂ ਹਾਂਜੀ ਸੋ ਬੱਚੇ ਉਵੇਂ ਹੀ ਟ੍ਰੇਨਡ ਹੋਣਗੇ ਜਿਵੇਂ ਦੀ ਅਸੀਂ ਜਨਰੇਸ਼ਨ ਨੂੰ ਟ੍ਰੇਨਿੰਗ ਦਿੰਦੇ ਹੈਗੇ ਹਾਂ ਉਹ ਉਦਾਂ ਹੀ ਟ੍ਰੇਨ ਹੋ ਜਾਂਦੇ ਹੈਗੇ ਆ ਉਹਨਾਂ ਨੂੰ ਨਹੀਂ ਯਾਦ ਹੁੰਦਾ ਕਿ ਸਾਡੇ ਬਜ਼ੁਰਗ ਕਿਵੇਂ ਕਿਤਾਬ ਪੜ੍ਹਦੇ ਸੀਗੇ ਉਹਨਾਂ ਨੂੰ ਉਦਾਂ ਪੜ੍ਹਨ ਨਹੀਂ ਆਉਂਦੀ ਹੈ ਕਿਤਾਬ ਕੰਪਿਊਟਰ ਦੇ ਉੱਪਰ ਪੜ੍ਹਨੀ ਆਉਂਦੀ ਹੈ ਜਾਂ ਟੈਬਲੇਟ ਤੇ ਪੜ੍ਹਨੀ ਆਉਂਦੀ ਹੈ ਆਈਪੈਡ ਤੇ ਪੜ੍ਹਨੀ ਆਉਂਦੀ ਹੈ ਜਾਂ ਮੋਬਾਈਲ ਤੇ ਪੜ੍ਹਨੀ ਆਉਂਦੀ ਹੈ ਉਹਨਾਂ ਨੂੰ ਉਵੇਂ ਹੀ ਚੀਜ਼ਾਂ ਸਮਝ ਲੱਗਦੀਆਂ ਹੈਗੀਆਂ ਜਿਵੇਂ ਜੇ ਮੈਂ ਆਪਣੀ ਐਗਜ਼ਾਮਪਲ ਲਵਾਂ ਸਾਡੇ ਮੇਰੇ ਕੁਲੀਗ ਹੈਗੇ ਆ ਪ੍ਰੋਫੈਸਰ ਕੁਲਵੰਤ ਸਿੰਘ ਤੇ ਉਹ ਜੋ ਵੀ ਆਫਿਸ 'ਚ ਕੰਮ ਹੁੰਦਾ ਹੈਗਾ ਉਹ ਹੱਥ ਨਾਲ ਲਿਖ ਕੇ ਕਰਦੇ ਹੈਗੇ ਆ ਤੇ ਮੈਂ ਉਹਨਾਂ ਨੂੰ ਕਈ ਵਾਰੀ ਕਿਹਾ ਕਿ ਡਾਕਟਰ ਸਾਹਿਬ ਤੁਹਾਨੂੰ 20 ਸਾਲ ਹੋ ਗਏ 17-18 ਸਾਲ ਹੋ ਗਏ ਔਰਗਨਾਈਜੇਸ਼ਨ ਦੇ ਨਾਲ ਤੁਸੀਂ ਕੰਪਿਊਟਰ ਸਿੱਖ ਲੈਣਾ ਸੀਗਾ ਤੇ ਕਹਿੰਦੇ ਨਹੀਂ ਮੇਰਾ ਤਾਂ ਦਿਮਾਗ ਹੀ ਉਦੋਂ ਚੱਲਦਾ ਹੈਗਾ ਜਦੋਂ ਪੈੱਨ ਕਾਗਜ਼ ਦੇ ਉੱਪਰ ਚੱਲਦਾ ਹੈ ਤੇ ਉਹਦੀ ਆਵਾਜ਼ ਆਉਂਦੀ ਹੈਗੀ ਹੈ ਉਦੋਂ ਮੇਰਾ ਦਿਮਾਗ ਕ੍ਰੀਏਟ ਕਰਦਾ ਕੁਛ ਕ੍ਰੀਏਟਿਵ ਹੁੰਦਾ ਉਦੋਂ ਜੇ ਅਸੀਂ ਆਪਣੇ ਵੱਲ ਦੇਖੀਏ ਤੇ ਸਾਡਾ ਦਿਮਾਗ ਉਦੋਂ ਚੱਲਦਾ ਹੈਗਾ ਜਦੋਂ ਸਾਡੀਆਂ ਉਂਗਲੀਆਂ ਕੀਪੈਡ ਦੇ ਉੱਪਰ ਚੱਲ ਰਹੀਆਂ ਹੁੰਦੀਆਂ ਓਕੇ ਉਦੋਂ ਸਾਨੂੰ ਆਈਡੀਆਜ਼ ਆਉਂਦੇ ਹੈਗੇ ਆ ਸੋ ਸਾਡਾ ਦਿਮਾਗ ਜਿਵੇਂ ਅਸੀਂ ਉਹਨੂੰ ਟ੍ਰੇਨਿੰਗ ਦਿੰਦੇ ਹੈਗੇ ਆ ਉਹ ਉਵੇਂ ਟ੍ਰੇਨ ਹੋ ਜਾਂਦਾ ਹੈਗਾ ਤੇ ਉਸ ਤਰ੍ਹਾਂ ਹੀ ਕੰਮ ਕਰਦਾ ਸੋ ਇਨ ਆਲ ਪ੍ਰੋਬੇਬਿਲਿਟੀ ਜਿਹੜੀ ਬੁੱਕ ਪਬਲਿਸ਼ਿੰਗ ਇੰਡਸਟਰੀ ਹੈਗੀ ਹੈ ਉਹਦਾ ਕੰਮ ਘਟੇਗਾ ਦਿਨ ਬਾਏ ਡੇ ਬਾਏ ਡੇ ਤੇ ਆਉਣ ਵਾਲੇ ਟਾਈਮ ਵਿੱਚ ਉਹ ਬਹੁਤ ਘੱਟ ਵੀ ਸਕਦਾ ਹੈਗਾ ਜੀ ਦਵਿੰਦਰ ਜੀ ਇੱਕ ਚੀਜ਼ ਇਹਦੇ 'ਚ ਇਹ ਸੋਚਣ ਵਾਲੀ ਹੈ ਕਿ ਜਿਵੇਂ ਜਿਵੇਂ ਨਵੀਂ ਟੈਕਨੋਲੋਜੀ ਆਉਂਦੀ ਹੈ ਸਾਨੂੰ ਉਹਦੇ ਮੁਤਾਬਿਕ ਚੱਲਣਾ ਚਾਹੀਦਾ ਤਾਂ ਹੀ ਅਸੀਂ ਨੌਲੇਜ ਨੂੰ ਬਚਾ ਸਕਦੇ ਹਾਂ ਪਹਿਲਾਂ ਸਿਰਫ ਯਾਦ ਕੀਤਾ ਜਾਂਦਾ ਸੀ ਪਰ ਉਸ ਤੋਂ ਬਾਅਦ ਜਦੋਂ ਲਿਪੀ ਆ ਗਈ ਹੋਣ ਦੇ ਵਿੱਚ ਫਿਰ ਲਿਖਣਾ ਸ਼ੁਰੂ ਹੋ ਗਿਆ ਤਾਂ ਸਾਨੂੰ ਯਾਦ ਤੋਂ ਲਿਖਣ ਤੱਕ ਆਉਣਾ ਚਾਹੀਦਾ ਸੀ ਅਸੀਂ ਆਏ ਵੀ ਉਸ ਤੋਂ ਬਾਅਦ ਅਸੀਂ ਲਿਖਣਾ ਸ਼ੁਰੂ ਕੀਤਾ ਅਸੀਂ ਪੱਤਿਆਂ ਦੇ ਉੱਤੇ ਲਿਖਦੇ ਸੀ ਕੱਪੜੇ ਦੇ ਉੱਤੇ ਲਿਖਦੇ ਸੀ ਹੌਲੀ ਹੌਲੀ ਕਾਗਜ਼ ਜਦੋਂ ਹੋਂਦ ਵਿੱਚ ਆਇਆ ਤਾਂ ਫਿਰ ਕਾਗਜ਼ ਦੇ ਉੱਤੇ ਲਿਖਣਾ ਸ਼ੁਰੂ ਕੀਤਾ ਫਿਰ ਜਦੋਂ ਪ੍ਰਿੰਟਿੰਗ ਪ੍ਰੈੱਸ ਸ਼ੁਰੂ ਆਈ ਤਾਂ ਪ੍ਰਿੰਟਿੰਗ ਪ੍ਰੈੱਸ ਦਾ ਇਸਤੇਮਾਲ ਕੈਮਰਾਜ਼ ਆਏ ਅਤੇ ਕੈਮਰਾਜ਼ ਦਾ ਇਸਤੇਮਾਲ ਉਸੇ ਤਰ੍ਹਾਂ ਹੁਣ ਡਿਜੀਟਲ ਟੈਕਨੋਲੋਜੀ ਆਈ ਦਾ ਇਹਦਾ ਵੀ ਇਸਤੇਮਾਲ ਸਾਨੂੰ ਨਵੀਂ ਟੈਕਨੋਲੋਜੀ ਦੇ ਨਾਲ ਹਮੇਸ਼ਾ ਚੱਲਣਾ ਚਾਹੀਦਾ ਤਾਂ ਹੀ ਅਸੀਂ ਗਿਆਨ ਨੂੰ ਬਚਾ ਸਕਦੇ ਹਾਂ ਸਾਂਭ ਸਕਦੇ ਹਾਂ ਅਤੇ ਅਗਲੀ ਪੀੜ੍ਹੀ ਤੱਕ ਪਹੁੰਚਾ ਸਕਦੇ ਹਾਂ ਕਿਉਂਕਿ ਅਗਲੀ ਪੀੜ੍ਹੀ ਨੂੰ ਹਮੇਸ਼ਾ ਨਵੀਂ ਟੈਕਨੋਲੋਜੀ ਦਾ ਸ਼ੌਕ ਹੁੰਦਾ ਪੁਰਾਣੀ ਟੈਕਨੋਲੋਜੀ ਦੇ ਨਾਲ ਨਹੀਂ ਜੁੜਨਾ ਚਾਹੁੰਦੀ ਨਵੀਂ ਪੀੜ੍ਹੀ ਕਿ ਇਹ ਵੀ ਕਾਰਨ ਹੈ ਪੁਰਾਣੀ ਟੈਕਨੋਲੋਜੀ ਕਦੀ ਵੀ ਖਤਮ ਨਹੀਂ ਹੁੰਦੀ ਹੈਗੀ ਜੀ ਜਿਵੇਂ ਤੁਸੀਂ ਕੈਮਰੇ ਦਾ ਜ਼ਿਕਰ ਕੀਤਾ ਸੀ ਥੋੜ੍ਹੀ ਦੇਰ ਪਹਿਲੇ ਜਦੋਂ ਕੈਮਰਾ ਆਇਆ ਤਾਂ ਉਹਨੇ ਪੇਂਟਿੰਗ ਇੰਡਸਟਰੀ ਨੂੰ ਖਤਮ ਨਹੀਂ ਕਰ ਦਿੱਤਾ ਜੀ ਕੈਮਰੇ ਨੇ ਆਪਣਾ ਰੋਲ ਪਲੇ ਕੀਤਾ ਭਾਵੇਂ ਪੇਂਟਿੰਗ ਇੰਡਸਟਰੀ ਓਨੀ ਜ਼ਿਆਦਾ ਗਰੋ ਨਹੀਂ ਕੀਤੀ ਜਿੰਨੀ ਉਹ ਕਰ ਸਕਦੀ ਸੀਗੀ ਜੇ ਕੈਮਰਾ ਨਾ ਆਉਂਦਾ ਤਾਂ ਬਟ ਪੇਂਟਿੰਗ ਅੱਜ ਵੀ ਹੈਗੀ ਹੈ ਧਰਤੀ ਦੇ ਉੱਪਰ ਅਸੀਂ ਅੱਜ ਵੀ ਪੇਂਟਿੰਗ ਕਰਦੇ ਹੈਗੇ ਹਾਂ ਹਾਂਜੀ ਹੈ ਨਾ ਸੋ ਉਵੇਂ ਹੀ ਹੈਗੀ ਹੈ ਪਬਲਿਸ਼ਿੰਗ ਇੰਡਸਟਰੀ ਜਿਹੜੀ ਕਿ ਰਹੇਗੀ ਭਾਵੇਂ ਘੱਟ ਜਾਏਗੀ ਤੇ ਬੱਚੇ ਜਿਵੇਂ ਅਸੀਂ ਬੱਚਿਆਂ ਨੂੰ ਜੋ ਟ੍ਰੇਨਿੰਗ ਦੇ ਰਹੇ ਹਾਂ ਹੁਣ ਅੱਜ ਦੀ ਡੇਟ ਵਿੱਚ ਸਕੂਲਾਂ ਦੇ ਵਿੱਚ ਵੀ ਕੰਪਿਊਟਰਾਂ ਦੇ ਉੱਪਰ ਪੜ੍ਹਾਈ ਹੁੰਦੀ ਹੈ ਸੋ ਬੱਚਿਆਂ ਨੂੰ ਜਿੱਥੇ ਨੌਲੇਜ ਜਿੱਥੋਂ ਦੀ ਨੌਲੇਜ ਮਿਲੇਗੀ ਭਾਵੇਂ ਉਹ ਪ੍ਰਿੰਟਡ ਬੁੱਕ ਤੋਂ ਮਿਲ ਰਹੀ ਹੈ ਤੇ ਭਾਵੇਂ ਕੰਪਿਊਟਰ ਤੋਂ ਮਿਲ ਰਹੀ ਹੈ ਉਹਨਾਂ ਨੂੰ ਉੱਥੋਂ ਹੀ ਨੌਲੇਜ ਲੈਣ ਦੀ ਸਿੱਖਿਆ ਟ੍ਰੇਨਿੰਗ ਮਿਲ ਜਾਏਗੀ ਤੇ ਉਹ ਉੱਥੋਂ ਹੀ ਲੈਣਗੇ ਟ੍ਰੇਨਿੰਗ ਬਿਲਕੁਲ ਠੀਕ ਹੈ ਦਵਿੰਦਰ ਜੀ ਕਿਉਂਕਿ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਹਮੇਸ਼ਾ ਇਸਤੇਮਾਲ ਕਰਦੇ ਹਾਂ ਅੱਜ ਵੀ ਅਸੀਂ ਬਹੁਤ ਚੀਜ਼ਾਂ ਯਾਦ ਰੱਖਦੇ ਹਾਂ ਯਾਦ ਰੱਖਣਾ ਸਾਨੂੰ ਚੰਗਾ ਲੱਗਦਾ ਭਾਵੇਂ ਉਹ ਕੋਈ ਕਿਤਾਬ ਹੋਵੇ ਭਾਵੇਂ ਕੋਟੇਸ਼ਨਸ ਹੋਣ ਭਾਵੇਂ ਐਗਜ਼ਾਮ ਦੇ ਵਿੱਚ ਪਾਸ ਹੋਣ ਵਾਸਤੇ ਅਸੀਂ ਯਾਦ ਰੱਖੀਏ ਪਰ ਨੌਲੇਜ ਨੂੰ ਅਸੀਂ ਯਾਦ ਵੀ ਰੱਖਦੇ ਹਾਂ ਉਸੇ ਤਰ੍ਹਾਂ ਲਿਖਦੇ ਵੀ ਹਾਂ ਭਾਵੇਂ ਪੇਪਰ 'ਤੇ ਲਿਖੀਏ ਭਾਵੇਂ ਲੱਕੜ 'ਤੇ ਲਿਖੀਏ ਭਾਵੇਂ ਅਸੀਂ ਕੱਪੜੇ 'ਤੇ ਲਿਖੀਏ ਅਤੇ ਕਈ ਵਾਰ ਤਾਂ ਟਿਸ਼ੂ ਪੇਪਰ 'ਤੇ ਵੀ ਲਿਖ ਲੈਂਦੇ ਹਾਂ ਜੇ ਕਿਸੇ ਰੈਸਟੋਰੈਂਟ 'ਚ ਬੈਠੇ ਹੁੰਦੇ ਹਾਂ ਕੋਈ ਆਈਡੀਆ ਸਾਡੇ ਦਿਮਾਗ 'ਚ ਆਉਂਦਾ ਉੱਥੇ ਵੀ ਲਿਖ ਲੈਂਦੇ ਹਾਂ ਜੇ ਅੱਜ ਅਸੀਂ ਪੱਤਿਆਂ 'ਤੇ ਨਹੀਂ ਲਿਖਦੇ ਤਾਂ ਟਿਸ਼ੂ ਪੇਪਰ 'ਤੇ ਲਿਖਦੇ ਹਾਂ ਕੈਮਰਾ ਵੀ ਇਸਤੇਮਾਲ ਕਰਦੇ ਹਾਂ ਪ੍ਰਿੰਟਿੰਗ ਵੀ ਇਸਤੇਮਾਲ ਕਰਦੇ ਹਾਂ ਅਤੇ ਅੱਜ ਡਿਜੀਟਲ ਟੈਕਨੋਲੋਜੀ ਵੀ ਇਸਤੇਮਾਲ ਕਰਦੇ ਹਾਂ ਯਾਨੀ ਕਿ ਹਰ ਤਰ੍ਹਾਂ ਦੀ ਟੈਕਨੋਲੋਜੀ ਇਨਸਾਨ ਐਡ ਅਪ ਕਰੀ ਜਾ ਰਿਹਾ ਆਪਣੇ ਵਿਕਾਸ ਦੇ ਵਿੱਚ ਅਤੇ ਹਰ ਤਰ੍ਹਾਂ ਦੀ ਟੈਕਨੋਲੋਜੀ ਨੂੰ ਚਾਹੇ ਉਹ ਪੁਰਾਣੀ ਹੈ ਚਾਹੇ ਉਹ ਨਵੀਂ ਹੈ ਹਰ ਤਰ੍ਹਾਂ ਨਾਲ ਇਸਤੇਮਾਲ ਕਰ ਰਿਹਾ ਹੁਣ ਅਗਲੀ ਗੱਲ ਇਹ ਹੈ ਕਿ ਡਿਜੀਟਲ ਟੈਕਨੋਲੋਜੀ ਦੇ ਵੀ ਕਈ ਨੁਕਸਾਨ ਵੀ ਹੋਣਗੇ ਫਾਇਦੇ ਤਾਂ ਅਸੀਂ ਸਾਰੇ ਗਿਣ ਲਏ ਨੁਕਸਾਨ ਵੀ ਹੋ ਸਕਦੇ ਨੇ ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਡਾਟਾ ਕ੍ਰੈਸ਼ ਹੋ ਗਿਆ
हार्ड डिस्क क्रैश हो गई, फाइल जिहड़ी बनाउंदे पए आ सारी फाइल करप्ट हो गई, सो डाटा लॉस हो गया। सो डिजिटल इकोनॉमी या डिजिटल टेक्नोलॉजी का जो अपना नुकसान है उहदे बारे भी असीं गल करना चाहांगे कि जो ये डाटा लॉस हो गया दैन वॉट। ये बड़ी वड्डा चैलेंज हैगा डिजिटाइजेशन दे विच, लाइक किया जाता कि डिजिटल डिजिटल डेटा इज़ लाइक अ फ्लेम, है ना, वो एक मोमबत्ती दी लो वांगण हैगा, या वो हैगी है या नहीं हैगी, सो आप विचकार कुछ नहीं हैगा दोनों दे। ते डिजिटल डेटा नू सांभण दे अपने तरीके हैगे है, उहदे अपने म्यार हैगे है। जिवें असीं किताब नू जे चंगे तरीके नाल नहीं सांभांगे, जिहड़ियां किताबां पिछे पईआं लाइब्रेरी दे विच, तां उहनां नू भी कीड़ा लग जाएगा, घुण लग जाएगा, खादियां जाणगियां, अग लग जाएगी ते सड़ भी जाणगियां। एग्जैक्टली ਉਵੇਂ ਹੀ ਸੋ ਆਪ ਉਹਨਾਂ ਨੂੰ ਅੱਗ ਤੋਂ ਕੀੜੇ ਤੋਂ ਬਚਾਉਣ ਲਈ ਅਸੀਂ ਪ੍ਰੀਕੋਸ਼ਨ ਲੈਂਦੇ ਹੈਗੇ ਹਾਂ, ਜੋ ਵੀ ਐਫਰਟ ਕਰਨ ਦੀ ਲੋੜ ਹੁੰਦੀ ਆ ਉਹ ਕੀਤਾ ਜਾਂਦਾ ਹੈਗਾ। ਉਸੇ ਤਰ੍ਹਾਂ ਜਿਹੜਾ ਡਿਜੀਟਲ ਡੇਟਾ ਹੈਗਾ ਉਹ ਵੀ ਹਮੇਸ਼ਾ ਖਤਰੇ ਵਿੱਚ ਹੈ, ਅਤੇ ਉਹਨੂੰ ਵੀ ਬਚਾਉਣ ਦੇ ਆਪਣੇ ਢੰਗ ਹੈ, ਆਪਣੇ ਤਰੀਕੇ ਹੈਗੇ ਹੈ, ਅਤੇ ਉਹ ਸਾਰੇ ਵਰਤੇ ਜਾਂਦੇ ਹੈਗੇ ਹੈ। ਉਹਦੇ 'ਚੋਂ ਇੱਕ ਤਰੀਕਾ ਹੁੰਦਾ ਹੈਗਾ ਕਿ ਉਹਦੇ ਮਲਟੀਪਲ ਬੈਕਅਪਸ ਹੋਣੇ ਚਾਹੀਦੇ ਹੈਗੇ ਆ। ਹਾਂਜੀ, ਸਾਰਾ ਡੇਟਾ ਤੁਹਾਡਾ ਇੱਕੋ ਜਗ੍ਹਾ 'ਤੇ ਨਾ ਪਿਆ ਹੋਵੇ, ਇੱਕ ਕਿਤਾਬ ਦੀਆਂ ਕਈ ਕਾਪੀਜ਼ ਹੋਣ ਜਿਹੜੀਆਂ ਵੱਖਰੇ ਵੱਖਰੇ ਥਾਵਾਂ 'ਤੇ ਪਈਆਂ ਹੈਗੀਆਂ, ਵੱਖਰੇ ਵੱਖਰੇ ਸਰਵਰਸ 'ਤੇ ਪਈਆਂ, ਜਿਹੜੇ ਔਨਲਾਈਨ ਵੀ ਹੈਗੇ ਆ ਜਾਂ ਔਫਲਾਈਨ ਵੀ ਹੈਗੇ ਆ। ਜੀ, ਜਿੱਦਾਂ ਕਿਸੇ ਨੂੰ ਪਤਾ ਹੈ ਤਾਂ ਕਿਸੇ ਨੂੰ ਨਹੀਂ ਵੀ ਪਤਾ ਹੈਗਾ ਕਿ ਕਿੱਥੇ ਪਿਆ ਡੇਟਾ। ਸੋ ਉਹ ਸਾਰੇ ਪ੍ਰੀਕੋਸ਼ਨਸ ਲੈਣ ਦੀ ਲੋੜ ਹੁੰਦੀ ਹੈਗੀ ਹੈ, ਅਤੇ ਉਹ ਅਸੀਂ ਲੈਂਦੇ ਹੈਗੇ ਹਾਂ। ਸਾਡਾ ਜਿਹੜਾ ਡੇਟਾ ਹੈਗਾ ਉਹ 6 ਥਾਵਾਂ 'ਤੇ ਪਿਆ ਹੁੰਦਾ ਹੈਗਾ, ਅਤੇ ਵੱਖਰਾ ਵੱਖਰਾ ਅਸੀਂ ਮੀਡੀਆ ਯੂਜ਼ ਕਰਦੇ ਹਾਂ, ਜਿਹਦੇ ਵਿੱਚੋਂ ਜਿਹਦੇ ਵਿੱਚ ਹਾਰਡ ਡਿਸਕਸ ਵੀ ਹੈਗੀਆਂ ਅਲੱਗ ਅਲੱਗ ਤਰ੍ਹਾਂ ਦੀਆਂ, ਅਤੇ LTO ਟੇਪਸ ਵੀ ਹੈਗੀਆਂ। ਸੋ ਇਹ ਇਹਨਾਂ ਨੂੰ ਅਸੀਂ ਫਿਰ ਵੱਖਰੇ ਵੱਖਰੇ ਥਾਵਾਂ 'ਤੇ ਰੱਖਦੇ ਹੈਗੇ ਹਾਂ, ਜਿਹੜੀਆਂ ਕਿ ਲੋਕੇਸ਼ਨਸ ਬੜੀ ਦੂਰ ਦੂਰ ਹੁੰਦੀਆਂ ਆਪਸ ਵਿੱਚ, ਤਾਂ ਕਰਕੇ ਉਹ ਕੋਈ ਜੇ ਕੋਈ ਮਿਸਐਪ ਵੀ ਹੋ ਜਾਏ ਵੱਡਾ, ਕੋਈ ਨਿਊਕਲੀਅਰ ਵਾਰ ਵੀ ਹੋ ਜਾਏ, ਅਤੇ ਡੇਟਾ ਬਚ ਸਕੇ। ਦਵਿੰਦਰ ਜੀ, ਟੈਕਨੋਲੋਜੀ ਦੇ ਵਿੱਚ ਕਿੱਦਾਂ ਸੇਵ ਕਰ ਸਕਦੇ ਹਾਂ, ਇਹ ਤਾਂ ਤੁਸੀਂ ਹੱਲ ਕੱਢ ਲਿਆ। ਹੁਣ ਅਗਲਾ ਸਟੈਪ ਇਹ ਹੈ ਕਿ ਟੈਕਨੋਲੋਜੀ ਚੇਂਜ ਵੀ ਹੁੰਦੀ ਹੈ। ਕੰਪਿਊਟਰਸ ਦੇ ਵਿੱਚ ਪਹਿਲਾਂ ਅਸੀਂ ਡੋਸ ਸਿਸਟਮ ਇਸਤੇਮਾਲ ਕਰਦੇ ਸੀ, ਫਿਰ ਵਿੰਡੋਜ਼ ਆ ਗਈਆਂ, ਵਿੰਡੋਜ਼ ਦੇ ਵੀ ਕਈ ਵਰਜ਼ਨਸ ਆ ਗਏ। ਪਹਿਲਾਂ ਅਸੀਂ ਫਲੋਪੀਜ਼ ਇਸਤੇਮਾਲ ਕਰਦੇ ਸੀ, ਫਿਰ ਅਸੀਂ ਦੇਖਦੇ ਹਾਂ CDs ਆ ਗਈਆਂ, ਅੱਜ ਕੱਲ੍ਹ ਪੈਨ ਡਰਾਈਵਸ ਨੇ, ਹਾਰਡ ਡਿਸਕ ਤਾਂ ਚਲੋ ਚੱਲਦੀ ਹੋ ਪਈ ਆ। ਸੋ ਇਹ ਟੈਕਨੋਲੋਜੀ ਦੇ ਵਿੱਚ ਵੀ ਬਹੁਤ ਚੇਂਜ ਆਉਂਦੀ ਹੈ। ਟੈਕਨੋਲੋਜੀ ਦੀ ਚੇਂਜ ਨਾਲ ਤੁਸੀਂ ਕਿੱਦਾਂ ਕੋਪ ਅਪ ਕਰੋਗੇ, ਕਿੱਦਾਂ ਟੈਕਨੋਲੋਜੀ ਦੇ ਚੇਂਜ ਦੇ ਨਾਲ ਕਦਮ ਦੇ ਨਾਲ ਕਦਮ ਮਿਲਾ ਕੇ ਤੁਰੋਗੇ, ਮੋਢੇ ਨਾਲ ਮੋਢਾ ਮਿਲਾ ਕੇ ਤੁਰੋਗੇ, ਤਾਂ ਕਿ ਸਾਰਾ ਡਾਟਾ ਸੇਵ ਕੀਤਾ ਜਾ ਸਕੇ, ਜਿੱਥੋਂ ਤੱਕ ਕਿ ਕਿਤਾਬਾਂ ਨੂੰ ਐਜੂਕੇਸ਼ਨ ਨੂੰ ਸਾਂਭਣ ਦਾ ਸਵਾਲ ਹੈ। ਟੈਕਨੋਲੋਜੀ ਜਿਹੜੀ ਹੈਗੀ ਹੈ ਬੜੀ ਤੇਜ਼ ਚੇਂਜ ਹੋ ਰਹੀ ਹੈਗੀ ਹੈ ਜੀ, ਜਿੰਨੀ ਅਸੀਂ ਸੋਚ ਸਕਦੇ ਹਾਂ ਉਸ ਤੋਂ ਵੀ ਜਲਦੀ ਤੇਜ਼ ਹੋ ਜਾਂਦੀ ਹੈ ਟੈਕਨੋਲੋਜੀ, ਉਸ ਤੋਂ ਵੀ ਤੇਜ਼ ਜਲਦੀ ਚੇਂਜ ਹੁੰਦੀ ਹੈ। ਅਤੇ ਜਿਵੇਂ ਜਿਵੇਂ ਟੈਕਨੋਲੋਜੀ ਚੇਂਜ ਹੁੰਦੀ ਹੈਗੀ ਹੈ, ਉਵੇਂ ਉਵੇਂ ਡੇਟਾ ਸਾਨੂੰ ਨਵੀਂ ਟੈਕਨੋਲੋਜੀ ਦੇ ਵਿੱਚ ਮਾਈਗ੍ਰੇਟ ਕਰਨਾ ਪੈਂਦਾ। ਜਿਹੜੀਆਂ ਹਾਰਡ ਡਿਸਕ ਅਸੀਂ 20 ਸਾਲ ਪਹਿਲੇ ਬਣਾਈਆਂ ਸੀਗੀਆਂ, ਉਹ ਹਾਰਡ ਡਿਸਕ ਸਾਡੇ ਕੋਲ ਅੱਜ ਨਹੀਂ ਹੈਗੀਆਂ, ਉਹ ਸਾਰਾ ਡੇਟਾ ਅਸੀਂ ਨਵੀਆਂ ਹਾਰਡ ਡਿਸਕ 'ਤੇ ਮੂਵ ਕਰ ਚੁੱਕੇ ਹਾਂ। ਜਿਹੜਾ ਅਸੀਂ LTO ਟੇਪਸ 'ਤੇ ਸੇਵ ਕੀਤਾ ਸੀਗਾ ਅੱਜ ਤੋਂ 20 ਸਾਲ ਪਹਿਲੇ, ਉਹ ਡੇਟਾ ਨਵੀਆਂ LTO ਟੇਪਸ 'ਤੇ ਆ ਚੁੱਕਾ ਹੈ। ਸੋ ਡੇਟਾ ਨਵੀਂ ਟੈਕਨੋਲੋਜੀ ਦੇ ਵਿੱਚ ਮਾਈਗ੍ਰੇਟ ਹੁੰਦਾ ਰਹਿੰਦਾ ਜਿਵੇਂ ਜਿਵੇਂ ਨਵੀਂ ਟੈਕਨੋਲੋਜੀ ਆਉਂਦੀ ਹੈਗੀ ਹੈ, ਪੁਰਾਣੀ ਟੈਕਨੋਲੋਜੀ ਵਿੱਚ ਨਹੀਂ ਰੱਖਿਆ ਜਾ ਸਕਦਾ। ਉਹ ਬੜੀ ਬੜੀ ਸਾਰੀਆਂ ਸੰਸਥਾਵਾਂ ਸਰਕਾਰੀ ਅਤੇ ਗੈਰ ਸਰਕਾਰੀ ਵੀ ਇਹ ਗਲਤੀ ਕਰਦੀਆਂ ਹੈਗੀਆਂ ਕਿ ਇੱਕ ਵਾਰੀ ਡਿਜੀਟਾਈਜੇਸ਼ਨ ਕਰ ਲਈ, ਰੱਖ ਲਈ, ਅਤੇ ਬਸ ਭੁੱਲ ਗਏ, ਫਿਰ ਉਹਨੂੰ ਤਾਲਾ ਲਾ ਤਾ ਅਲਮਾਰੀ ਨੂੰ, ਅਤੇ ਫਿਰ ਦੈਨ ਫੋਰਗੈਟ ਇਟ। ਉਸ ਤਰ੍ਹਾਂ ਨਹੀਂ ਡੇਟਾ ਬਚੇਗਾ, ਡੇਟਾ ਤੁਹਾਨੂੰ ਮਾਈਗ੍ਰੇਟ ਕਰਵਾਉਣਾ ਪਏਗਾ, ਉਹਨੂੰ ਹਰ 5-4 ਸਾਲ ਬਾਅਦ, 2-4 ਸਾਲ ਬਾਅਦ ਦੇਖਣਾ ਪਏਗਾ ਕਿ ਉਹ ਚੱਲਦਾ ਵੀ ਹੈ ਕਿ ਨਹੀਂ ਚੱਲਦਾ, ਅਤੇ ਹੁਣ ਕਿਹੜੀ ਟੈਕਨੋਲੋਜੀ ਮਾਰਕੀਟ ਵਿੱਚ ਹੈਗੀ ਹੈ ਉਹ ਤੁਹਾਨੂੰ ਬਾਏ ਕਰਕੇ ਅਤੇ ਉਹ ਡੇਟਾ ਅੱਗੇ ਮੂਵ ਕਰਨਾ ਪਏਗਾ। ਜੀ ਦਵਿੰਦਰ ਜੀ, ਹੁਣ ਤੁਹਾਡੀ ਪਰਸਨਲ ਯਾਤਰਾ 'ਤੇ ਅਸੀਂ ਆਉਂਦੇ ਹਾਂ ਕਿ ਸੰਨ 2002 ਦੇ ਵਿੱਚ ਤੁਸੀਂ ਇਹ ਯੋਜਨਾ ਬਣਾਈ, ਪਲੈਨ ਅਪ ਕੀਤਾ, ਸੰਨ 2003 ਦੇ ਵਿੱਚ ਤੁਸੀਂ ਲਾਂਚ ਕੀਤਾ ਇਸ ਪ੍ਰੋਜੈਕਟ ਨੂੰ। ਉਸ ਵੇਲੇ ਇੰਨਾ ਕੁਝ ਨਹੀਂ ਸੀ ਟ੍ਰੈਂਡਸ ਦੇ ਵਿੱਚ, ਬਿਲਕੁਲ ਨਵੀਂ ਟੈਕਨੋਲੋਜੀ ਸੀ, ਮੁਸ਼ਕਲਾਂ ਆਈਆਂ ਹੋਣਗੀਆਂ ਪੈਸੇ ਵੱਲੋਂ ਵੀ, ਟੈਕਨੋਲੋਜੀ ਵੱਲੋਂ ਵੀ, ਕਿਉਂਕਿ ਸਿਖਲਾਈ ਨਹੀਂ, ਤੁਹਾਡੇ ਕੋਲ ਵੀ ਟ੍ਰੇਨਿੰਗ ਨਹੀਂ ਹੈ, ਜੇ ਤੁਹਾਡੀ ਟੀਮ ਦੇ ਵਿੱਚ ਵੀ ਕੋਈ ਹੋਰ ਹੈ ਤਾਂ ਉਹਦੇ ਕੋਲ ਵੀ ਟ੍ਰੇਨਿੰਗ ਲਈ ਪੂਰੀ ਜਾਣਕਾਰੀ ਨਹੀਂ ਹੈ, ਤਾਂ ਇਹ ਸਭ ਜਿਹੜੀ ਕਮੀ ਸੀ ਤੁਹਾਡੇ ਕੋਲ ਨੌਲੇਜ ਦੀ, ਟ੍ਰੇਨਿੰਗ ਦੀ, ਪੈਸੇ ਦੀ, ਕਿਉਂਕਿ ਤੁਸੀਂ ਕੋ ਫਾਊਂਡਰ ਹੋ, ਤੁਹਾਡੇ ਕੋਈ ਨਾਲ ਪਾਰਟਨਰ ਵੀ ਨੇ, ਇਸ ਤੋਂ ਸਿੱਧ ਹੁੰਦਾ ਤੁਹਾਡੇ ਡੈਜ਼ਿਗਨੇਸ਼ਨ ਤੋਂ ਹੀ। ਸੋ ਉਹ ਮੁਸ਼ਕਲਾਂ ਕਿੱਦਾਂ ਦੀਆਂ ਸੀ ਅਤੇ ਉਹਨਾਂ ਨਾਲ ਕਿੱਦਾਂ ਤੁਸੀਂ ਨਜਿੱਠਿਆ ਔਰ ਇਸ ਮੁਕਾਮ ਤੱਕ ਪਹੁੰਚੇ? ਸਭ ਤੋਂ ਵੱਡੀ ਮੁਸ਼ਕਿਲ ਤਾਂ ਸੀਗੀ ਕਿ ਇਕੁਇਪਮੈਂਟ ਕਿਹੜਾ ਵਰਤਣਾ ਹੈਗਾ,
हाँ जी सो जो असी मार्केट विच देखिया देखिया चीज़ा ता बड़ा कॉस्टली इक्विपमेंट अवेलेबल सी मार्केट विच जी ते फिर बट असी अपनी समझ नाल जिहड़ा इक्विपमेंट साडे कोल सीगा या असी लै सकदे सीगे जो असी अफोर्ड कर सकदे सीगे असी ओनू लै के प्रोजेक्ट शुरू किया पर असी नाल नाल जिन्ना भी इक्विपमेंट जिस तरह का भी मशीनरी अवेलेबल सी मार्केट विच ओनू स्टडी किया हर एक चीज़ नू असी इको किताब अलग अलग मशीन के उपर डिजिटाइज करके देखिया तो ये काम असी घट्टो घट डेढ़ दो साल किया ओके अंडरस्टैंड करन लई कि केड़ी मशीन के उपर किवें दा रिजल्ट आंदा हैगा ते केड़ा रिजल्ट बेस्ट हैगा सो ओदे उन्हां दे विच्चों असी ये अंडरस्टैंड किया कि जिहड़ा कैमरा बनिया होया ना जी डिजिटल कैमरा जिहड़ा हैगा हाँ जी कोई भी कैमरा जिहड़ा ਉਹ ਬਣਿਆ ਹੀ ਇਸ ਕਰਕੇ ਹੈ ਕਿ ਉਹਨੇ ਇਮੇਜ ਨੂੰ ਉਹਨੇ ਜੋ ਉਹਨੂੰ ਦਿਖ ਰਿਹਾ ਹੈ ਉਹਨੂੰ ਐਜ਼ ਇਟ ਇਜ਼ ਕੈਪਚਰ ਕਰਨਾ ਹੈਗਾ ਹਾਂਜੀ ਉਹਦਾ ਪਰਪਜ਼ ਹੀ ਉਹ ਹੈਗਾ ਤੇ ਸਾਡਾ ਵੀ ਪਰਪਜ਼ ਉਹ ਹੈਗਾ ਕਿ ਅਸੀਂ ਚੀਜ਼ ਨੂੰ ਹੂ ਬਹੂ ਸਾਂਭਣਾ ਉਹਦੇ ਵਿੱਚ ਬਿਨਾਂ ਕੋਈ ਹੇਅਰ ਫੇਅਰ ਕੀਤੇ ਬਿਨਾਂ ਕੋਈ ਉਹਦੇ ਵਿੱਚ ਚੇਂਜ ਕੀਤੇ ਈਵਨ ਕਲਰ ਵੀ ਚੇਂਜ ਨਹੀਂ ਹੋਣਾ ਚਾਹੀਦਾ ਹੈਗਾ ਪੇਪਰ ਦਾ ਸੋ ਉੱਦਾਂ ਹੀ ਕੰਪਿਊਟਰ ਦਿਖਣਾ ਚਾਹੀਦਾ ਹੈ ਸੋ ਉਹ ਸਾਰਾ ਕੁਝ ਸਟੱਡੀ ਕਰਦੇ ਵਕਤ ਅਸੀਂ ਇਹ ਅੰਡਰਸਟੈਂਡ ਕਰ ਲਿਆ ਕਿ ਕੈਮਰਾ ਇਜ਼ ਦੀ ਬੈਸਟ ਟੈਕਨੋਲੋਜੀ ਟੂ ਡਿਜੀਟਾਈਜ਼ ਬੁੱਕਸ ਹੁਣ ਉਹ ਸਿਰਫ ਇਸ ਕਰਕੇ ਬੈਸਟ ਨਹੀਂ ਹੈਗਾ ਕਿ ਉਹ ਅਵੇਲੇਬਲ ਈਜ਼ੀਲੀ ਅਵੇਲੇਬਲ ਹੈਗਾ ਉਹ ਇਸ ਕਰਕੇ ਵੀ ਬੈਸਟ ਹੈਗਾ ਕਿ ਅਸੀਂ ਉਹਨੂੰ ਦੂਰੋਂ ਦੀ ਫੋਟੋਗ੍ਰਾਫ ਕਰ ਸਕਦੇ ਹਾਂ ਸਕੈਨਰ ਦੇ ਵਿੱਚ ਸਾਨੂੰ ਬੜੀ ਨੇੜੇ ਜਾਣਾ ਪੈਂਦਾ ਹੈਗਾ ਅਸੀਂ ਕਿਸੇ ਵੀ ਸਾਈਜ਼ ਦਾ ਡਾਕੂਮੈਂਟ ਡਿਜੀਟਾਈਜ਼ ਕਰ ਸਕਦੇ ਹਾਂ ਅਸੀਂ ਛੋਟਾ ਛੋਟੀ ਚੀਜ਼ ਵੀ ਕਰ ਸਕਦੇ ਹਾਂ ਡਿਜੀਟਾਈਜ਼ ਕੈਮਰੇ ਦੇ ਨਾਲ ਅਤੇ ਵੱਡੀ ਚੀਜ਼ ਵੀ ਕਰ ਸਕਦੇ ਹੈਗੇ ਹਾਂ ਸੋ ਜਿਵੇਂ ਜਿਵੇਂ ਪ੍ਰੋਜੈਕਟ ਗਰੋ ਕੀਤਾ ਉਸ ਤਰ੍ਹਾਂ ਡਿਜੀਟਲ ਕੈਮਰੇ ਦੀ ਟੈਕਨੋਲੋਜੀ ਨੇ ਵੀ ਗਰੋ ਕੀਤਾ ਜਦੋਂ ਅਸੀਂ ਸ਼ੁਰੂ ਕੀਤਾ ਪ੍ਰੋਜੈਕਟ ਸਾਡੇ ਕੋਲ 3.2 ਮੈਗਾਪਿਕਸਲ ਦਾ ਕੈਮਰਾ ਸੀਗਾ ਰਾਈਟ 24 ਮੈਗਾਪਿਕਸਲ 36 ਮੈਗਾਪਿਕਸਲ 48 ਮੈਗਾਪਿਕਸਲ ਜਿਵੇਂ ਦਾ ਕੈਮਰਾ ਦੀ ਜ਼ਰੂਰਤ ਹੋਏ ਉਵੇਂ ਦਾ ਕੈਮਰਾ ਅਵੇਲੇਬਲ ਹੁੰਦਾ ਹੈਗਾ ਫਿਰ ਅੱਗੇ ਚੱਲ ਕੇ ਪ੍ਰੋਬਲਮ ਆਈ ਕਿ ਜਿਹੜੀਆਂ ਚੀਜ਼ਾਂ ਬਹੁਤ ਵੱਡੀਆਂ ਹੈਗੀਆਂ ਲਾਈਕ ਜਿਵੇਂ ਫੁਲਕਾਰੀ ਬੜੀ ਵੱਡੀ ਹੁੰਦੀ ਹੈ ਨਾ ਕਰੀਬ 4 ਫੁੱਟ 8 ਫੁੱਟ ਦੀ ਸਾਈਜ਼ ਹੁੰਦਾ ਫੁਲਕਾਰੀ ਦਾ ਓਨੀ ਵੱਡੀ ਨੂੰ ਤੇ ਅਸੀਂ ਇੱਕ ਸ਼ਾਟ ਦੇ ਵਿੱਚ ਨਹੀਂ ਲੈ ਸਕਦੇ ਸੋ ਫਿਰ ਉਹਦੇ ਲਈ ਅਸੀਂ ਮਸ਼ੀਨ ਡਿਵੈਲਪ ਕੀਤੀ ਜਿਹਦੇ ਵਿੱਚ ਅਸੀਂ ਇੱਕ ਫੁਲਕਾਰੀ ਦੀਆਂ 21 ਪਿਕਚਰਸ ਲਵਾਂਗੇ ਤੇ ਉਹਨਾਂ ਨੂੰ ਫਿਰ ਅਸੀਂ ਜੁਆਇਨ ਕਰਕੇ ਇੱਕ ਇਮੇਜ ਕ੍ਰੀਏਟ ਕਰਾਂਗੇ ਰਾਈਟ ਰਾਈਟ ਜਿਵੇਂ 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 ਦੀ ਜ਼ਰੂਰਤ ਆਈ ਸਾਹਮਣੇ ਉਦਾਂ ਦੀ ਅਸੀਂ ਮਸ਼ੀਨਰੀ ਆਪਣੇ ਆਪ ਡਿਵੈਲਪ ਕੀਤੀ ਅਸੀਂ ਕਿਉਂਕਿ ਅਸੀਂ ਬਾਏ ਨਹੀਂ ਕਰ ਸਕਦੇ ਸੀਗੇ ਸਾਡੇ ਕੋਲ ਇੰਨੇ ਪੈਸੇ ਹੀ ਕਦੀ ਨਹੀਂ ਸੀਗੇ ਕਿ ਅਸੀਂ 50 ਲੱਖ ਰੁਪਏ ਦਾ ਕਰੋੜ ਰੁਪਏ ਦਾ ਸਕੈਨਰ ਖਰੀਦੀਏ ਸੋ ਅਸੀਂ ਡਿਜੀਟਲ ਕੈਮਰਾ ਨੂੰ ਯੂਜ਼ ਕੀਤਾ ਅਤੇ ਬਾਕੀ ਅਸੀਂ ਸਾਰਾ ਇਕੁਇਪਮੈਂਟ ਆਪਣੇ ਆਪ ਡਿਵੈਲਪ ਕਰਦੇ ਚਲੇ ਗਏ ਇਨ ਜਿਹੜੀਆਂ ਬੁੱਕਸ ਦੀ ਡਿਜੀਟਾਈਜੇਸ਼ਨ ਹੈਗੀ ਹੈ ਉਹਦੇ ਲਈ ਵੀ ਇਕੁਇਪਮੈਂਟ 2003-04 ਦੇ ਵਿੱਚ ਅਵੇਲੇਬਲ ਨਹੀਂ ਸੀਗਾ ਈਵਨ ਜਿਹੜੀਆਂ ਸਾਨੂੰ ਲਾਈਟਸ ਚਾਹੀਦੀਆਂ ਦੋਨੋਂ ਪਾਸੇ ਸਾਨੂੰ ਸਾਡੇ ਕੋਲ ਉਹ ਵੀ ਅਵੇਲੇਬਲ ਨਹੀਂ ਸੀਗੀਆਂ ਇੰਡੀਆ ਵਿੱਚ ਅਵੇਲੇਬਲ ਨਹੀਂ ਸੀਗੀਆਂ ਉਹ ਸੋ ਉਹ ਲਾਈਟਸ ਵੀ ਅਸੀਂ ਆਪੇ ਡਿਵੈਲਪ ਕੀਤੀਆਂ ਸੋ ਜਿੰਨਾ ਜਿੰਨਾ ਕੁਛ ਵੀ ਅਸੀਂ ਇਨ ਹਾਊਸ ਪ੍ਰੋਡਿਊਸ ਕਰ ਸਕਦੇ ਸੀਗੇ ਮਸ਼ੀਨਰੀ ਉਹ ਅਸੀਂ ਆਪਣੇ ਆਪ ਕੀਤੀ ਡਿਵੈਲਪ ਤੇ ਜੋ ਅਸੀਂ ਨਹੀਂ ਕਰ ਸਕਦੇ ਸੀਗੇ ਉਹ ਸਿਰਫ ਅਸੀਂ ਬਾਏ ਕੀਤਾ ਮਾਰਕੀਟ ਤੋਂ ਸੋ ਫਿਰ ਅੱਗੇ ਇਸ਼ੂ ਆਉਂਦਾ ਸੀਗਾ ਕਿ ਤੁਸੀਂ ਹਜ਼ਾਰਾਂ ਪਿਕਚਰਸ ਖਿੱਚ ਕੇ ਕੰਪਿਊਟਰ ਵਿੱਚ ਲੈ ਆਏ ਜੀ ਉਹਨਾਂ ਦੀ ਮੈਨੇਜਮੈਂਟ ਕਰਨੀ ਹੈਗੀ ਹੈ ਉਹ ਮੈਨੇਜਮੈਂਟ ਮੈਨੂਅਲੀ ਨਹੀਂ ਹੋ ਸਕਦੀ ਓਕੇ ਜਿਵੇਂ ਅਸੀਂ ਇੱਕ ਦਿਨ ਦੇ ਵਿੱਚ ਹੁਣ 60,000 ਪਿਕਚਰਸ ਲੈਂਦੇ ਹੈਗੇ ਹਾਂ 60,000 ਪੇਜ ਅਸੀਂ ਡਿਜੀਟਾਈਜ਼ ਕਰਦੇ ਹਾਂ ਇੱਕ ਦਿਨ ਵਿੱਚ ਤੇ 60,000 ਪੇਜ ਮੈਨੂਅਲੀ ਮੈਨੇਜ ਨਹੀਂ ਹੋ ਸਕਦੇ ਸੋ ਉਹਨਾਂ ਨੂੰ ਲੈ ਉਹਨਾਂ ਦੀ ਮੈਨੇਜਮੈਂਟ ਵਾਸਤੇ ਅਸੀਂ 13 ਕੰਪਿਊਟਰ ਐਪਲੀਕੇਸ਼ਨਸ ਡਿਵੈਲਪ ਕੀਤੀਆਂ ਕਿ ਕੋਈ ਪੇਜ ਕਿਤੇ ਇਨਸਰਟ ਕਰਨਾ ਹੈ ਪੇਜ ਨੰਬਰਿੰਗ ਕਰਨੀ ਹੈਗੀ ਹੈ ਕੋਈ ਪੇਜ ਡਿਲੀਟ ਕਰਨਾ ਹੈ ਅਤੇ ਬਾਕੀ ਦੀ ਜਿਹੜੀ ਸੀਕੁਐਂਸ ਹੈਗਾ ਨੰਬਰਿੰਗ ਦਾ ਉਹਨੂੰ ਮੇਨਟੇਨ ਕਰਨਾ ਹੈ ਸੋ ਇਹ ਇੱਦਾਂ ਲੈ ਕੇ ਜਿੰਨੀਆਂ ਵੀ ਰਿਕੁਆਇਰਮੈਂਟਸ ਹੈਗੀਆਂ ਸੀ ਪ੍ਰੋਜੈਕਟ ਦੀਆਂ ਉਹ ਅਸੀਂ ਮੋਸਟਲੀ ਇਨ ਹਾਊਸ ਹੀ ਕੰਮ ਕਰਦੇ ਰਹੇ ਯੈਸ ਅੱਛਾ ਦਵਿੰਦਰ ਜੀ ਕਾਫੀ ਜ਼ਿਆਦਾ ਮਿਹਨਤ ਹੈ ਔਰ ਜ਼ਰੂਰਤ ਦੇ ਮੁਤਾਬਿਕ ਤੁਸੀਂ ਟੈਕਨੋਲੋਜੀ ਆਪਣੇ ਆਪ ਵੀ ਡਿਵੈਲਪ ਕਰਦੇ ਹੋ ਅਤੇ ਬਾਹਰੋਂ ਜਿਹੜੀ ਹਾਇਰ ਕਰ ਸਕਦੇ ਹੋ ਜਾਂ ਖਰੀਦ ਸਕਦੇ ਹੋ
ਉਹ ਵੀ ਤੁਸੀਂ ਇੱਕ ਆਪਣਾ ਆਪਸ਼ਨ ਓਪਨ ਰੱਖਦੇ ਹੋ। ਅਗਲੀ ਗੱਲ ਇਹ ਹੈ ਕਿ ਇੰਨੀ ਮਿਹਨਤ ਕਰਦੇ ਪਏ ਹੋ, ਕੋਈ ਫਾਇਦਾ ਵੀ ਹੋ ਰਿਹਾ, ਕੋਈ ਸਟੇਟਸ ਵੀ ਬਣ ਰਿਹਾ, ਕੋਈ ਪਹਿਚਾਣ ਵੀ ਬਣ ਰਹੀ ਹੈ, ਕੋਈ ਮੁੱਲ ਵੀ ਪੈ ਰਿਹਾ, ਕੋਈ ਕਾਮਯਾਬੀ ਵੀ ਮਿਲ ਰਹੀ ਹੈ ਕਿ ਬਸ ਆਪਾਂ ਲੱਗੇ ਹੋਏ ਹਾਂ ਸੇਵਾ ਭਾਵਨਾ ਦੇ ਨਾਲ? ਨਹੀਂ, ਸੇਵਾ ਭਾਵਨਾ ਜਿਹੜੀ ਹੈਗੀ ਹੈ ਉਹ ਤੇ ਉਹ ਪੈਸ਼ਨ ਦੇ ਵਿੱਚੋਂ ਆਈ ਸੀਗੀ ਜੀ। ਉਹ ਪੈਸ਼ਨ ਅੱਜ ਵੀ ਹੈਗਾ, ਪਰ ਅੱਜ ਉਹ ਪੈਸ਼ਨ ਰਿਸਪੋਂਸੀਬਿਲਿਟੀ ਬਣ ਗਿਆ ਜੀ। ਹੁਣ ਜ਼ਿੰਮੇਵਾਰੀ ਵੱਡੀ ਹੈਗੀ ਹੈ ਤੇ ਪੈਸ਼ਨ ਬਹੁਤ ਪਿੱਛੇ ਰਹਿ ਗਿਆ। ਤੇ ਜਿਹੜੀ ਜਿਹੜਾ ਤੁਹਾਡਾ ਸਵਾਲ ਹੈਗਾ ਉਹਦੇ ਵਿੱਚ ਉਸ ਪਾਸੇ ਤੇ ਅਸੀਂ ਦੇਖਿਆ ਹੀ ਕਦੀ ਨਹੀਂ ਹੈਗਾ ਕਿ ਸਾਡੀ ਕੋਈ ਪਹਿਚਾਣ ਬਣ ਰਹੀ ਹੈ ਜਾਂ ਨਹੀਂ ਬਣ ਰਹੀ। ਮੈਂ ਤੇ ਕਦੀ ਸੋਚਿਆ ਵੀ ਨਹੀਂ ਤੇ ਮੇਰੇ ਕੋਲ ਉਹਦਾ ਜਵਾਬ ਵੀ ਨਹੀਂ ਹੈਗਾ। ਪਰ ਜਦੋਂ ਹਜ਼ਾਰਾਂ ਲੋਕ ਯੂਜ਼ ਕਰ ਰਹੇ ਆ ਉਹਨੂੰ, ਸਾਨੂੰ ਹਰ ਰੋਜ਼ 50-100 ਈਮੇਲਸ ਆਉਂਦੀਆਂ ਹੈਗੀਆਂ ਫੋਰ ਡੇਟਾ ਰਿਕੁਐਸਟ ਜਾਂ ਫੋਰ ਐਨੀ ਐਕਸੈਸ, ਤਾਂ ਉਹ ਸਮਝ ਲੱਗਦੀ ਹੈਗੀ ਹੈ ਕਿ ਕਿੰਨੀ ਜ਼ਰੂਰਤ ਹੈਗੀ ਸੀਗੀ ਉਹਦੀ। ਜੇ ਇਹ ਚੀਜ਼, ਇਹ ਰਿਸੋਰਸ ਨਾ ਡਿਵੈਲਪ ਹੋਇਆ ਹੁੰਦਾ ਤਾਂ ਅੱਜ ਕਿੰਨੀ ਕਮੀ ਹੋਣੀ ਸੀਗੀ। ਓ, ਫਿਰ ਇਹ ਚੀਜ਼ਾਂ ਤੁਸੀਂ ਸਿਲੈਕਟ ਕਿਵੇਂ ਕਰਦੇ ਹੋ ਕਿ ਕਿਹੜਾ ਮਟੀਰੀਅਲ ਤੁਹਾਨੂੰ ਸਕੈਨ ਕਰਕੇ ਡਿਜੀਟਲ ਕਰਕੇ ਔਰ ਉਹਨੂੰ ਸੇਵ ਕਰਨਾ ਚਾਹੀਦਾ? ਕਿਉਂਕਿ ਇੱਕ ਤਰ੍ਹਾਂ ਤੋਂ ਤੁਸੀਂ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਰਹੇ ਹੋ, ਇੱਕ ਤਰ੍ਹਾਂ ਨਾਲ ਤੁਸੀਂ ਸਾਡੇ ਪੁਰਖਿਆਂ ਦਾ ਖਜ਼ਾਨਾ ਸੰਭਾਲ ਰਹੇ ਹੋ, ਜਿਹਦੇ 'ਚ ਪੁਰਾਣੀਆਂ ਕਿਤਾਬਾਂ ਵੀ ਨੇ, ਪੁਰਾਣੇ ਗ੍ਰੰਥ ਵੀ ਨੇ, ਪੁਰਾਣੀਆਂ ਮੈਨੂਸਕ੍ਰਿਪਟਸ ਵੀ ਨੇ, ਪੁਰਾਣੀਆਂ ਸਰਕਾਰੀ ਫਾਈਲਾਂ ਵੀ ਨੇ, ਚਾਹੇ ਉਹ ਰਾਜਿਆਂ ਮਹਾਰਾਜਿਆਂ ਦੇ ਸਮਿਆਂ ਦੀਆਂ ਨੇ, ਉਹ ਵੀ ਤੁਸੀਂ ਸੇਵ ਕਰਦੇ ਹੋ, ਗੌਰਮੈਂਟ ਦੇ ਡਾਕੂਮੈਂਟਸ ਵੀ, ਤਮਾਮ ਤਰ੍ਹਾਂ ਦੇ ਡਾਕੂਮੈਂਟਸ ਜਿਹੜੇ ਨੇ ਉਹ ਮੌਜੂਦ ਨੇ, ਜਿਨ੍ਹਾਂ ਵਿੱਚੋਂ ਤੁਸੀਂ ਸਿਲੈਕਟ ਕਰਕੇ ਕਿਸ ਨੂੰ ਪ੍ਰਿਜ਼ਰਵ ਕਰਨਾ, ਕਿਸ ਨੂੰ ਸਾਂਭ ਕੇ ਰੱਖਣਾ, ਉਹ ਤੁਸੀਂ ਸੰਭਾਲਦੇ ਹੋ, ਇਹ ਸਿਲੈਕਸ਼ਨ ਕਿਵੇਂ ਕਰਦੇ ਹੋ? ਇਹ ਸਭ ਤੋਂ ਪਹਿਲਾਂ ਤਾਂ ਹੈਗਾ ਕਿ ਅਸੀਂ ਪੰਜਾਬ ਦਾ ਸਾਰਾ ਵਿਰਸਾ ਡਿਜੀਟਾਈਜ਼ ਕਰਨਾ, ਭਾਵੇਂ ਉਹ ਜਿਹੜੀ ਮਰਜ਼ੀ ਸਕ੍ਰਿਪਟ ਦੇ ਵਿੱਚ ਹੋਏ, ਜਿਹੜੀ ਮਰਜ਼ੀ ਲੈਂਗੁਏਜ ਵਿੱਚ ਹੋਏ, ਜਿਹੜੇ ਮਰਜ਼ੀ ਧਰਮ ਦਾ ਹੋਏ ਜਾਂ ਧਾਰਮਿਕ ਨਾਮ ਹੀ ਹੋਏ, ਪੋਲੀਟੀਕਲ ਹੋਏ, ਹਿਸਟੋਰੀਕਲ ਹੋਏ ਜਾਂ ਜੀਓਗ੍ਰਾਫੀ ਹੋਏ ਜਾਂ ਸਾਇੰਸ ਹੋਏ, ਕੋਈ ਵੀ ਸਬਜੈਕਟ ਦੇ ਉੱਪਰ ਜਿਹੜਾ ਪੰਜਾਬ ਦੇ ਵਿੱਚ ਪਿਆ ਡੇਟਾ ਜਾਂ ਪੰਜਾਬ ਬਾਰੇ ਆ, ਅਸੀਂ ਉਹਨੂੰ ਡਿਜੀਟਾਈਜ਼ ਕਰਨਾ ਹੈਗਾ। ਜਿਹੜੀ ਸਾਡੀ ਪ੍ਰਾਇਰਟੀ ਹੈਗੀ ਹੈ ਉਹ ਹੈਗੀ ਹੈ ਸਿੰਗਲ ਕਾਪੀ ਰਿਕਾਰਡਸ, ਉਹ ਡਾਕੂਮੈਂਟਸ ਜਿਨ੍ਹਾਂ ਦੀ ਦੂਸਰੀ ਕਾਪੀ ਨਹੀਂ ਹੈ। ਸਾਡੀ ਪ੍ਰਾਇਰਟੀ ਹਮੇਸ਼ਾ ਉਹ ਡਾਕੂਮੈਂਟਸ ਰਹੇ ਹੈਗੇ ਆ। ਘੱਟ ਤੋਂ ਘੱਟ ਪਿਛਲੇ 10 ਸਾਲ ਤੋਂ ਸਾਡੀ ਇਹ ਪ੍ਰਾਇਰਟੀ ਹੈ ਕਿ ਜਿਨ੍ਹਾਂ ਦੀ ਦੂਸਰੀ ਕਾਪੀ ਨਹੀਂ ਹੈਗੀ, ਬਣੀ ਨਹੀਂ ਕਦੀ, ਉਹਨਾਂ ਨੂੰ ਡਿਜੀਟਾਈਜ਼ ਕੀਤਾ ਜਾਏ। ਹੁਣ ਉਹਦੇ ਵਿੱਚ ਜਿਹੜੀ ਤੁਸੀਂ ਰਾਜੇ ਮਹਾਰਾਜਿਆਂ ਦੀਆਂ ਫਾਈਲਸ ਦੀ ਗੱਲ ਕੀਤੀ, ਜਿਵੇਂ ਖਾਲਸਾ ਦਰਬਾਰ ਰਿਕਾਰਡਸ ਹੈ, ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਰਿਕਾਰਡ ਹੈਗੇ ਆ, ਹੈ ਨਾ, ਉਹ ਸਿੰਗਲ ਕਾਪੀ ਹੈ, ਉਹਨਾਂ ਦੀ ਕੋਈ ਦੂਸਰੀ ਕਾਪੀ ਨਹੀਂ ਹੈਗੀ। ਦੂਸਰੀ ਕਾਪੀ ਸਿਰਫ ਉਸ ਚੀਜ਼ ਦੀ ਬਣਦੀ ਹੈ ਜਿਹੜੀ ਕਿਤਾਬ ਪਬਲਿਸ਼ ਹੋ ਗਈ, ਜਿਹੜੀ ਕਿਤਾਬ ਛਪ ਗਈ, ਅਦਰਵਾਈਜ਼ ਕਿਸੇ ਚੀਜ਼ ਦੀ ਦੂਸਰੀ ਕਾਪੀ ਨਹੀਂ ਬਣਦੀ। ਤੇ ਸਾਨੂੰ ਹੈਰਾਨੀ ਹੋਏਗੀ ਕਿ ਪੰਜਾਬ ਦਾ ਜਿਹੜਾ ਮੈਕਸੀਮਮ ਖਜ਼ਾਨਾ ਹੈਗਾ ਉਹ ਸਿੰਗਲ ਕਾਪੀ ਰਿਕਾਰਡ ਹੈ, ਅਨਪਬਲਿਸ਼ਡ ਰਿਕਾਰਡ ਹੈਗਾ ਉਹ ਜੀ, ਜਿਹਦੀ ਗਿਣਤੀ ਕਰੋੜਾਂ ਦੇ ਵਿੱਚ ਹੈ। ਸੋ ਸਾਡੀ ਪ੍ਰਾਇਰਟੀ ਸਿੰਗਲ ਕਾਪੀ ਰਿਕਾਰਡ ਹੈਗੀਆਂ। ਜਿਹੜੀਆਂ ਕਿਤਾਬਾਂ ਨਵੀਆਂ ਛਪ ਰਹੀਆਂ ਉਹ ਅਸੀਂ ਡਿਜੀਟਾਈਜ਼ ਨਹੀਂ ਕਰਦੇ, ਜਿਹੜੀਆਂ ਕਿਤਾਬਾਂ ਪਿਛਲੇ 40-50 ਸਾਲਾਂ ਵਿੱਚ ਵੀ ਛਪੀਆਂ ਹੈਗੀਆਂ ਅਸੀਂ ਉਹ ਵੀ ਡਿਜੀਟਾਈਜ਼ ਨਹੀਂ ਕਰਦੇ, ਕਿਉਂਕਿ ਸਾਨੂੰ ਲੱਗਦਾ ਹੈ ਕਿ ਪਬਲਿਸ਼ਰ ਨੂੰ ਬਚਾਉਣਾ ਜ਼ਰੂਰੀ ਹੈਗਾ, ਪਬਲਿਸ਼ਰ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ। ਪਬਲਿਸ਼ਰ ਪ੍ਰੋਫਿਟ ਕਮਾਉਂਦਾ ਰਹੇ, ਜੇ ਪਬਲਿਸ਼ਰ ਨੂੰ ਪ੍ਰੋਫਿਟ ਹੋਏਗਾ ਤਾਂ ਹੀ ਉਹ ਔਥਰ ਨੂੰ ਕੁਛ ਦੇਵੇਗਾ, ਨਹੀਂ ਤੇ ਔਥਰ ਨੂੰ ਵੀ ਕੁਛ ਨਹੀਂ ਮਿਲੇਗਾ। ਸੋ ਨਵੀਆਂ ਕਿਤਾਬਾਂ ਤਾਂ ਹੀ ਆਉਣਗੀਆਂ ਜੇ ਔਥਰ ਨੂੰ ਕੋਈ ਇਨਸੈਂਟਿਵ ਹੋਏਗਾ। ਗੋਟ ਇਟ, ਮਤਲਬ ਤੁਸੀਂ ਰੇਅਰ ਆਫ ਦਾ ਰੇਅਰੈਸਟ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਡਿਜੀਟਾਈਜ਼ ਕਰਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਕੰਮ ਕਰਦੇ ਪਏ ਹੋ। ਪੰਜਾਬ ਦੇ ਵਿਰਸੇ ਨੂੰ ਸਾਂਭਣ ਦੀ ਪੂਰੀ ਇਹ ਪ੍ਰਯੋਗਸ਼ਾਲਾ ਤੁਸੀਂ ਖੋਲ੍ਹੀ ਹੋਈ ਹੈ ਔਰ ਇਹ ਪੂਰੇ ਯਤਨ ਤੁਸੀਂ ਕਰ ਰਹੇ ਹੋ। ਇੱਕ ਟਰਨਿੰਗ ਡਾਕੂਮੈਂਟੇਸ਼ਨ ਸੈਂਟਰ ਹੈ ਜੀ। ਜੀ ਜੀ। ਸੋ ਇੱਕ ਟਰਨਿੰਗ ਪੁਆਇੰਟ ਹੁੰਦਾ ਜਿੱਥੋਂ ਇਹ ਚੀਜ਼, ਇਹ ਖਿਆਲ ਤੁਹਾਡੇ ਦਿਮਾਗ 'ਚ ਆਉਂਦਾ, ਕਿਉਂਕਿ ਦੁਨੀਆ ਵਿੱਚ ਹੋਰ ਵੀ ਬਹੁਤ ਥਾਵਾਂ ਦੇ ਉੱਤੇ ਇਹ ਕੰਮ ਹੋ ਰਿਹਾ ਹੋਏਗਾ ਜ਼ਰੂਰ, ਔਰ ਤੁਹਾਡਾ ਤਾਲਮੇਲ ਵੀ ਹੋਏਗਾ ਉਹਨਾਂ ਕੰਪਨੀਜ਼ ਦੇ ਨਾਲ, ਉਹਨਾਂ ਗਰੁੱਪਸ ਦੇ ਨਾਲ ਜਿਹੜੇ ਇਹ ਡਾਟਾ ਡਿਜੀਟਾਈਜ਼ ਕਰਦੇ ਨੇ। ਪੂਰੀ ਦੁਨੀਆ ਦੇ ਵਿੱਚ ਇਹ ਲੋਕ ਮੌਜੂਦ ਨੇ, ਹਰ ਥਾਂ ਦੇ, ਹਰ ਦੇਸ਼ ਦੇ ਵਿੱਚ ਮੌਜੂਦ ਨੇ, ਜੋ ਇਹ ਕੰਮ ਕਰ ਰਹੇ ਨੇ ਤੁਹਾਡੇ ਵੀ ਸੰਪਰਕ ਵਿੱਚ ਜ਼ਰੂਰ ਹੋਣਗੇ। ਪਰ ਇੱਕ ਚੀਜ਼ ਜੋ ਤੁਹਾਨੂੰ ਵੱਖਰਾ ਕਰਦੀ ਹੈ ਸਭ ਤੋਂ, ਹਰੇਕ ਨੂੰ ਹੀ ਵੱਖਰਾ ਕਰਦੀ ਹੁੰਦੀ ਹੈ, ਉਹ ਹੈ ਉਹਦੀ ਆਪਣੀ ਲਾਈਫ ਦੀ ਕੋਈ ਖਾਸ ਘਟਨਾ
ਜਿਸਨੇ ਪ੍ਰੇਰਿਤ ਕੀਤਾ ਇਸ ਦਿਸ਼ਾ ਦੇ ਵਿੱਚ? ਇਹ ਮੇਰਾ ਆਖਰੀ ਸਵਾਲ ਹੈ ਤੁਹਾਡੇ ਤੋਂ ਕਿ ਤੁਸੀਂ ਸਾਨੂੰ ਇਹ ਦੱਸੋ, ਉਹ ਟਰਨਿੰਗ ਪੁਆਇੰਟ ਕਿਹੜਾ ਸੀ ਜਦੋਂ ਤੁਹਾਨੂੰ ਇਹ ਮਹਿਸੂਸ ਹੋਇਆ ਕਿ ਤੁਹਾਨੂੰ ਇਸ ਖੇਤਰ ਦੇ ਵਿੱਚ ਕਦਮ ਰੱਖਣਾ ਚਾਹੀਦਾ? ਜ਼ਿੰਦਗੀ ਦੇ ਵਿੱਚ ਨਾ ਬੜਾ ਕੁਛ ਨਾਲ ਚੱਲ ਰਿਹਾ ਹੁੰਦਾ ਹੈ ਜਿਹਨੂੰ ਅਸੀਂ ਉਦੋਂ ਉਸ ਨਜ਼ਰ ਨਾਲ ਨਹੀਂ ਦੇਖ ਰਹੇ ਹੁੰਦੇ ਕਿ ਸਾਡੀ ਲਾਈਫ ਦੇ ਵਿੱਚ ਇਹ ਇੰਸੀਡੈਂਟ ਕਿਉਂ ਹੋਇਆ ਜੀ, ਜਾਂ ਅਸੀਂ ਇਹ ਚੀਜ਼ ਕਿਉਂ ਫੇਸ ਕੀਤੀ, ਉਹ ਅੱਗੇ ਚੱਲ ਕੇ ਸਮਝ ਲੱਗਦੀਆਂ। ਉਵੇਂ ਮੇਰੀ ਲਾਈਫ ਦੀਆਂ ਵੀ ਬੜੀਆਂ ਸਾਰੀਆਂ ਚੀਜ਼ਾਂ ਹੈ, ਤੁਹਾਡੀ ਲਾਈਫ ਦੀਆਂ ਵੀ ਬੜੀਆਂ ਸਾਰੀਆਂ ਚੀਜ਼ਾਂ ਹੋਣਗੀਆਂ ਉਹ, ਬਟ ਜਿਹੜਾ ਮੇਜਰ ਸੀਗਾ ਇੰਸੀਡੈਂਟ ਉਹ ਇਹ ਸੀ ਕਿ ਆਫਟਰ 2000 ਅਸੀਂ ਇਹ ਸੋਚਣਾ ਸ਼ੁਰੂ ਕੀਤਾ ਕਿ ਪੰਜਾਬ ਬਾਰੇ ਜਿਹੜੀ ਗੱਲ ਹੁੰਦੀ ਹੈ ਉਹ ਬਹੁਤ ਹੀ ਨੈਗੇਟਿਵ ਹੀ ਹੁੰਦੀ ਹੈਗੀ ਹੈ ਨਾ। ਉਦੋਂ ਅਸੀਂ ਪੰਜਾਬ ਨੂੰ ਜਿਵੇਂ ਦਾ ਦੇਖ ਕੇ ਵੱਡੇ ਹੋਏ ਸੀਗੇ ਹੈ ਨਾ, ਰੋਜ਼ ਕਿਤੇ ਬੰਬ ਚੱਲ ਗਿਆ, ਕਿਤੇ ਗੋਲੀ ਚੱਲ ਗਈ, ਕਿੰਨੇ ਬੰਦੇ ਮਰ ਗਏ, ਅਸੀਂ ਇਹੀ ਚੀਜ਼ਾਂ ਸੁਣਦੇ ਵੱਡੇ ਹੋਏ ਸੀ। ਫਿਰ ਫੀਮੇਲ ਫੀਟੀਸਾਈਡ ਆ ਗਿਆ, ਫਿਰ ਡਰੱਗਸ ਆ ਗਈਆਂ, ਸੋ ਉਹੋ ਜਿਹੀਆਂ ਚੀਜ਼ਾਂ ਅਸੀਂ ਸੁਣ ਸੁਣ ਕੇ ਵੱਡੇ ਹੋਏ ਸੀਗੇ ਅਤੇ ਸਾਨੂੰ ਲੱਗਿਆ ਕਿ ਪੰਜਾਬ ਦੀਆਂ ਕੋਈ ਜਿਹੜੀਆਂ ਸੋਹਣੀਆਂ ਚੀਜ਼ਾਂ ਪੋਜ਼ਿਟਿਵ ਚੀਜ਼ਾਂ ਹੈਗੀਆਂ ਉਹਨਾਂ ਦੀ ਗੱਲ ਕਿਉਂ ਨਹੀਂ ਹੁੰਦੀ, ਉਹ ਵੀ ਹੋਣੀ ਚਾਹੀਦੀ ਹੈਗੀ ਹੈ, ਸੋ ਉਹ ਕਿੱਥੇ ਹੈਗੀਆਂ, ਉਹ ਲੱਭੀਆਂ ਜਾਣ, ਉਹ ਲੱਭੀਆਂ ਜਾਣ, ਉਹ ਲੱਭ ਕੇ ਸਾਂਭੀਆਂ ਜਾਣ, ਸਾਂਭ ਕੇ ਸਾਰਿਆਂ ਨਾਲ ਵੰਡੀਆਂ ਜਾਣ। ਸੋ ਜਿਹੜਾ ਇਹ ਮੇਜਰ ਰੀਜ਼ਨ ਸੀਗਾ ਟੂ ਟੇਕ ਅ ਸਟੈਪ ਫੋਰਵਰਡ ਕਿ ਅਸੀਂ ਪੰਜਾਬ ਦਾ ਖਜ਼ਾਨਾ ਲੱਭੀਏ ਅਤੇ ਡਿਜੀਟਾਈਜ਼ ਕਰੀਏ। ਉੱਦਾਂ ਜ਼ਿੰਦਗੀ ਦੀਆਂ ਬੜੀਆਂ ਸਾਰੀਆਂ ਘਟਨਾਵਾਂ ਹੈਗੀਆਂ ਜਿਹੜੀਆਂ ਛੋਟੀਆਂ 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 ਅਸੀਂ ਬਾਅਦ ਵਿੱਚ ਰਿਅਲਾਈਜ਼ ਕਰਦੇ ਹਾਂ ਕਿ ਅੱਛਾ ਇਟ ਹੈਪਨ ਟੂ ਮੀ ਐਟ ਦੈਟ ਟਾਈਮ, ਪਰ ਮੇਜਰ ਰੀਜ਼ਨ ਇਹ ਸੀਗਾ ਕਿ ਅਸੀਂ ਪੰਜਾਬ ਦੀਆਂ ਸੋਹਣੀਆਂ ਚੀਜ਼ਾਂ ਸਾਂਭਣੀਆਂ ਚਾਹੁੰਦੇ ਸੀਗੇ। ਕਿਉਂਕਿ ਅਸੀਂ ਦੇਖਦੇ ਹਾਂ ਕਿ ਸਾਡੇ ਪੰਜਾਬ ਦੇ ਇਤਿਹਾਸ ਨੂੰ ਸਭ ਤੋਂ ਵੱਡਾ ਨੁਕਸਾਨ ਉਦੋਂ ਹੋਇਆ ਜਦੋਂ ਦਸ਼ਮੇਸ਼ ਪਿਤਾ ਆਪਣੇ ਪਰਿਵਾਰ ਦੇ ਨਾਲ ਦਰਿਆ ਲੰਘਦੇ ਪਏ ਨੇ, ਉਹਨੂੰ ਪਾਰ ਕਰਦੇ ਪਏ ਨੇ, ਤਾਂ ਬਹੁਤ ਸਾਰਾ ਖਜ਼ਾਨਾ, ਬਹੁਤ ਸਾਰੀਆਂ ਪੁਸਤਕਾਂ ਦਰਿਆ ਦੇ ਵਿੱਚ ਰੁੜ ਜਾਂਦੀਆਂ ਨੇ ਜਦੋਂ ਉਹਨਾਂ ਨੂੰ ਧਾੜ ਵੀ ਪੈ ਜਾਂਦੇ ਨੇ, ਜਦੋਂ ਹਮਲਾ ਹੁੰਦਾ ਹੈ ਉਹਨਾਂ ਦੇ ਉੱਤੇ। ਸੋ ਦਰਿਆ ਦੇ ਵਿੱਚ, ਹਾਂਜੀ ਤੁਸੀਂ ਕੁਝ ਕਹਿਣਾ ਚਾਹੋਗੇ? ਨਹੀਂ, ਬਿਲਕੁਲ ਠੀਕ ਕਹਿ ਰਹੇ ਹੈਗੇ ਹੋ। ਉਵੇਂ ਦੇ ਬੜੇ ਸਾਰੇ ਨੁਕਸਾਨ ਹੈਗੇ ਆ ਜਿਹੜੇ ਅਸੀਂ ਆਪਣੇ ਨਾਲ ਲੈ ਕੇ ਚੱਲਦੇ ਹਾਂ, ਹਮੇਸ਼ਾ ਸਾਡੇ ਦਿਮਾਗ ਵਿੱਚ ਰਹੇ ਹੈਗੇ ਆ ਬਚਪਨ ਤੋਂ ਹੈ ਨਾ। ਕਿੰਨੀਆਂ ਹੀ ਲਾਇਬ੍ਰੇਰੀਜ਼ ਡਿਸਟਰੋਏ ਹੋ ਗਈਆਂ, ਫਲੱਡਿੰਗ ਦੇ ਵਿੱਚ ਡਿਸਟਰੋਏ ਹੋ ਜਾਂਦੀਆਂ, ਫਾਇਰ ਦੇ ਵਿੱਚ ਡਿਸਟਰੋਏ ਹੋ ਜਾਂਦੀਆਂ, ਸਰਸਾ ਦੇ ਵਿੱਚ ਦਸਮ ਪਾਤਸ਼ਾਹ ਵੇਲੇ ਲਾਇਬ੍ਰੇਰੀ ਪੂਰੀ ਰੁੜ ਗਈ। ਸੋ ਉਹੋ ਜਿਹੜੇ ਨੁਕਸਾਨ ਹੈਗੇ ਆ ਉਹ ਅੱਜ ਸਾਡੇ ਕੋਲ ਡਿਜੀਟਲ ਟੈਕਨੋਲੋਜੀ ਹੈਗੀ ਹੈ ਅਤੇ ਆਪਾਂ ਸਾਂਭ ਸਕਦੇ ਹਾਂ। ਅੱਜ ਤੋਂ 40 ਸਾਲ ਪਹਿਲਾਂ ਉਹ ਨਹੀਂ ਸੀਗੀ ਸਾਡੇ ਕੋਲ। ਅਤੇ ਪੰਜਾਬ ਲਈ ਇੱਕ ਹੋਰ, ਪੰਜਾਬ ਵਾਸਤੇ ਇੱਕ ਹੋਰ ਬੜਾ ਵੱਡਾ ਬੈਨੀਫਿਟ ਹੈਗਾ ਕਿ ਪੰਜਾਬ ਬਾਰੇ ਜਿੰਨਾ ਕੁਛ ਲਿਖਿਆ ਗਿਆ ਉਹ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਗਿਆ ਅਤੇ ਗੁਰਮੁਖੀ ਲਿਪੀ 500-525 ਸਾਲ ਪੁਰਾਣੀ ਹੈਗੀ ਹੈ। ਸੋ ਸਾਡੇ ਕੋਲ ਓਪਰਚੁਨਿਟੀ ਹੈ ਪੰਜਾਬੀਆਂ ਕੋਲ ਕਿ ਸਾਡੇ ਬਾਰੇ ਜੋ ਕੁਛ ਵੀ ਲਿਖਿਆ ਗਿਆ, ਭਾਵੇਂ ਅਸੀਂ ਆਪੇ ਲਿਖਿਆ, ਕਿਸੇ ਨੇ ਲਿਖਿਆ ਪੰਜਾਬੀ ਦੇ ਵਿੱਚ ਗੁਰਮੁਖੀ ਲਿਪੀ ਦੇ ਵਿੱਚ, ਉਹ ਅਸੀਂ ਸਾਰਾ ਹੀ ਸਾਂਭ ਸਕਦੇ ਹਾਂ। ਇਹ ਓਪਰਚੁਨਿਟੀ ਪੂਰੀ ਦੁਨੀਆਂ ਵਿੱਚ ਹੋਰ ਕਿਸੇ ਕੋਲ ਨਹੀਂ ਹੈਗੀ, ਬਿਲਕੁਲ ਸਿਰਫ ਪੰਜਾਬੀਆਂ ਕੋਲ ਹੈਗੀ ਹੈ। ਸਰਸਾ ਨਦੀ ਦੇ ਵਿੱਚ ਸਾਡਾ ਖਜ਼ਾਨਾ ਰੁੜ ਗਿਆ, ਗੁਆਚ ਗਿਆ, ਜੋ ਦਸ਼ਮੇਸ਼ ਪਿਤਾ ਦੀ ਲਾਇਬ੍ਰੇਰੀ ਹੈ। ਫਿਰ ਪੁਰਾਤਨ ਸਮਾਂ ਦੇਖੀਏ, ਨਾਲੰਦਾ ਯੂਨੀਵਰਸਿਟੀ, ਤਕਸ਼ਸ਼ਿਲਾ ਯੂਨੀਵਰਸਿਟੀ, ਸਾਰੀਆਂ ਪੁਸਤਕਾਂ, ਸਾਰਾ ਖਜ਼ਾਨਾ ਨਸ਼ਟ ਹੋ ਗਿਆ, ਸਾਡੇ ਕੋਲ ਨਹੀਂ ਹੈ। ਪਰ ਤੁਸੀਂ ਬਹੁਤ ਵੱਡਾ ਉਪਰਾਲਾ ਕਰ ਰਹੇ ਹੋ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਦੁਆਰਾ ਕਿ ਤੁਸੀਂ ਇਹ ਸਾਰਾ ਵਿਰਸਾ, ਇਹ ਸਾਰੀਆਂ ਪੁਸਤਕਾਂ, ਇਹ ਸਾਰਾ ਖਜ਼ਾਨਾ, ਇਹ ਸਾਰਾ ਗਿਆਨ ਸਾਂਭਣ ਦੀ ਇੱਕ ਕੋਸ਼ਿਸ਼ ਕਰ ਰਹੇ ਹੋ ਤਾਂ ਕਿ ਅਗਲੀ ਪੀੜ੍ਹੀ ਤੱਕ ਹੂ ਬਹੂ ਇਹ ਪਹੁੰਚਾਇਆ ਜਾ ਸਕੇ। ਪੰਜਾਬ ਮਿਲ USC TV ਵੱਲੋਂ ਤੁਹਾਨੂੰ ਸ਼ੁਭੇਚਾਵਾਂ। ਇਸੇ ਤਰ੍ਹਾਂ ਹੀ ਚੜ੍ਹਦੀ ਕਲਾ 'ਚ ਰਹੋ ਅਤੇ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹੋ। ਬਹੁਤ ਬਹੁਤ ਸ਼ੁਕਰੀਆ ਦਵਿੰਦਰ ਪਾਲ ਜੀ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਵੀ ਪੰਜਾਬ ਡਿਜੀਟਲ ਲਾਇਬ੍ਰੇਰੀ, ਜੋ ਕਿ ਤੁਹਾਨੂੰ ਇੰਟਰਨੈਟ ਦੇ ਉੱਤੇ ਸਬਸਕ੍ਰਾਈਬ ਕਰਕੇ ਮਿਲ ਜਾਏਗੀ, ਉਸ ਦੇ ਉੱਤੇ ਪਹੁੰਚ ਕੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦਾ ਖਜ਼ਾਨਾ ਕਿੱਡਾ ਵੱਡਾ ਹੈ, ਪੰਜਾਬ ਦਾ ਖਜ਼ਾਨਾ ਕਿੰਨਾ ਰਿਚ ਹੈ, ਕਿੰਨਾ ਭਰਪੂਰ ਹੈ, ਜੋ ਸਾਡੇ ਗੁਰੂ ਸਾਹਿਬਾਨ ਤੋਂ ਚੱਲ ਕੇ ਸਾਡੇ ਤੱਕ ਪਹੁੰਚਦਾ ਹੈ। ਤੁਸੀਂ ਵੀ ਉਸ ਦੇ ਨਾਲ ਜੁੜ ਸਕਦੇ ਹੋ ਅਤੇ ਆਪਣੇ ਵਿਚਾਰ ਸਾਨੂੰ ਸਬਸਕ੍ਰਾਈਬ ਕਰੋ, ਔਰ ਸਾਡਾ ਚੈਨਲ ਪੰਜਾਬ ਮਿਲ USA TV ਜ਼ਰੂਰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।